ਜਸ ਗੱਲ ਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ ਫੋਰ ਜੁਆਇਨਿੰਗ। ਨਾਲ ਬੈਠੇ ਹੋ ਹਮੇਸ਼ਾ ਦੀ ਤਰ੍ਹਾਂ। ਆਈ ਨੋ ਮੌਸਮ ਬੜਾ ਅਜੀਬ ਹੈ। ਨਿਊਯਾਰਕ ਦੇ ਵਿੱਚ ਖੂਬ ਬਾਰਿਸ਼ ਹੋ ਰਹੀ ਹੈ। ਦ ਹੋਲ ਵੀਕ ਆਈ ਥਿੰਕ ਕਾਫੀ ਬਾਰਿਸ਼ ਹੈ। ਐਂਡ ਕਈ ਵਾਰੀ ਤਾਂ ਇੰਝ ਲੱਗਦਾ ਜਿਵੇਂ ਆਈ ਡੋਂਟ ਨੋ ਵੈਦਰ ਆਈ ਐਮ ਰੋਂਗ ਕਿ ਪਹਿਲੇ ਕੁਛ ਸਾਲ ਪਹਿਲੇ ਨਿਊਯਾਰਕ 'ਚ ਇੰਨੀ ਬਾਰਿਸ਼ ਨਹੀਂ ਹੁੰਦੀ ਸੀ। ਹੁਣ ਬਿਲਕੁਲ ਦਿਸ ਇਜ਼ ਰਿਮਾਈਂਡਿੰਗ ਮੀ ਆਫ ਇੰਡੀਅਨ ਰੇਨੀ ਸੀਜ਼ਨ ਕਿ ਯੂ ਨੋ ਕੁਛ ਕੁਛ ਬਾਹਰ ਐਵਰੀ ਡੇ ਥੋੜ੍ਹੀ ਬਹੁਤ ਰੇਨ ਹੋ ਹੀ ਰਹੀ ਹੈ। ਪੂਰੀ ਤਰ੍ਹਾਂ ਜਿਹੜੀ ਜਮ ਕੇ ਗਰਮੀ ਹੁੰਦੀ ਹੈ ਨਾ ਉਹ ਪੈ ਨਹੀਂ ਰਹੀ। ਬਟ ਐਨੀ ਵੇ ਬੜੇ ਸਾਰੇ ਵੈਦਰ ਚੇਂਜਿਸ ਹੋ ਰਹੇ ਹਨ, ਵੀ ਆਲ ਨੋ ਇਟ। ਗੋਡ ਵਿਲਿੰਗ ਤੁਸੀਂ ਜਿੱਥੇ ਜਿੱਥੇ ਬੈਠੇ ਹੋ ਸੋਹਣੀ ਤਰ੍ਹਾਂ ਖੁਸ਼ ਰਹੋ, ਯੂ ਨੋ ਇੰਜੋਏ ਕਰੋ ਵੈਦਰ ਐਂਡ ਇੰਜੋਏ ਯੋਰ ਸਮਾਂ। ਅੱਜ ਖਾਸ ਤੌਰ 'ਤੇ ਇੱਕ ਯੰਗ ਮੁੰਡੇ ਨੇ ਸਾਨੂੰ ਅਪਰੋਚ ਕੀਤਾ ਹੈ ਐਂਡ ਹੀ ਇਜ਼ ਸੇਇੰਗ ਕਿ ਉਹਦੇ ਇਨਲੋਜ਼, ਉਹਦੀ ਵਾਈਫ ਇੰਡੀਆ ਗਈ ਹੋਈ ਹੈ। ਇਸ ਪਿੱਛੇ ਉਹ ਸਵਾਲ ਪੁੱਛ ਪਾ ਰਿਹਾ ਬਟ ਬਹੁਤ ਛਸ਼ੋਪੰਚ ਹੈ। ਕਹਿੰਦੇ ਮੈਂ ਆਪਣੀ ਵਾਈਫ ਨਾਲ ਗੱਲ ਵੀ ਕੀਤੀ ਹੈ, ਸ਼ੀ ਇਜ਼ ਔਨ ਫੋਨ, ਕਿ ਮੈਂ ਗੱਲਬਾਤ ਤੋਂ ਪੁੱਛਣ ਲੱਗਾ ਕਿ ਇਹ ਜਿਹੜਾ ਤੁਸੀਂ ਇਨਸਿਸਟ ਕਰ ਰਹੇ ਹੋ ਨਾ ਮੈਨੂੰ ਠੀਕ ਨਹੀਂ ਲੱਗ ਰਿਹਾ। ਵਾਈਫ ਅਤੇ ਉਹਦੇ ਪੇਰੈਂਟਸ, ਉਹਦੀ ਫੈਮਿਲੀ ਕੀ ਇਨਸਿਸਟ ਕਰ ਰਹੀ ਹੈ ਮੈਂ ਤੁਹਾਨੂੰ ਦੱਸਦੀ ਹਾਂ। ਬਾਕੀ ਆਪਣਾ ਇਹਨਾਂ ਦੀ ਬੈਕਗਰਾਊਂਡ ਇਹ ਹੈ ਕਿ ਇਹਨਾਂ ਦੇ 2-2.5 ਸਾਲ ਹੋਏ ਹੈ ਵਿਆਹ ਨੂੰ। ਇੰਡੀਆ ਹੁੰਦੇ ਸੀ ਹੈ, ਜਾਣ ਪਛਾਣ ਤੋਂ ਰਿਸ਼ਤਾ ਹੋਇਆ। ਸੋ ਇਹ ਕੁੜੀ ਵਿਆਹ ਕੇ ਇੱਥੇ ਲੈ ਕੇ ਆਈ ਹੈ। ਕੁੜੀ ਕਾਫੀ ਵਾਰ ਜਾਂਦੀ ਸੀ, ਉਹਨਾਂ ਦੇ ਬੜੇ ਰਿਸ਼ਤੇਦਾਰ ਉੱਥੇ ਵੀ ਹੈ, ਇੱਥੇ ਵੀ ਹੈ। ਸੋ ਇੱਕ ਪੋਪੂਲਰ, ਯੂ ਨੋ, ਸਟੇਬਲ ਇਨਕਮ ਵਾਲੇ ਸਿਕਿਓਰ ਫੈਮਲੀ ਹੈ ਕੁੜੀ ਵਾਲੇ। ਮੁੰਡਾ ਲੈ ਕੇ ਆਇਆ, ਮੁੰਡਾ ਕਹਿੰਦੇ ਮੇਰਾ ਹੋਰ ਕੋਈ ਇੱਥੇ ਨਹੀਂ ਹੈ, ਇਟਸ ਅ ਗੁੱਡ ਫੈਮਲੀ। ਮੈਂ ਪਹਿਲੇ 8 ਮਹੀਨੇ ਕੁੜੀ ਵਾਲਿਆਂ ਦੇ ਘਰ ਹੀ ਰਿਹਾ, ਸਹੁਰਿਆਂ ਦੇ ਘਰ ਰਿਹਾ। ਫਿਰ ਮੈਨੂੰ ਲੱਗ ਰਿਹਾ ਸੀ ਕਿ ਬਹੁਤ, ਯੂ ਨੋ, ਇੱਕ ਮੈਂ ਆਪਣੀ ਇੰਡੀਪੈਂਡੈਂਸ ਨਹੀਂ ਮੈਨੂੰ ਮਿਲ ਰਹੀ ਸੀ। ਸੋ ਮੈਨੂੰ ਲੱਗਿਆ ਕਿ ਇਟ ਇਜ਼ ਬੈਟਰ ਕਿ ਅੱਛੇ ਟਾਈਮ 'ਤੇ ਉੱਤੇ ਅਸੀਂ ਆਪਣਾ ਘਰ ਲੈ ਲਈਏ। ਸੋ ਇਹਨਾਂ ਨੇ ਰੈਂਟਡ ਹਾਊਸ ਲੈ ਲਿਆ, ਰੈਂਟਡ ਅਪਾਰਟਮੈਂਟ ਲੈ ਲਿਆ। ਹੁਣ ਆਲਮੋਸਟ 2 ਈਅਰਸ ਹੋ ਗਏ ਨੇ ਆਏ ਨੂੰ ਇਹਨਾਂ ਨੂੰ, 2.5 ਈਅਰਸ। ਐਂਡ ਵਾਈਫ ਵੀ ਇਨਸਿਸਟ ਕਰੀਏ, ਵਾਈਫ ਦੇ ਪੇਰੈਂਟਸ ਵੀ ਇਨਸਿਸਟ ਕਰੀਏ ਕਿ ਘਰ ਲੈ ਲੈਣਾ ਚਾਹੀਦਾ, ਕਿਰਾਏ 'ਤੇ ਕਿਉਂ ਬੈਠੇ ਹੋਏ ਹੋ ਤੁਸੀਂ ਕਿਸੇ ਹੋਰ ਦੀ ਮੌਰਗੇਜ ਪੇ ਕਰ ਰਹੇ ਹੋ। ਐਂਡ ਯੂ ਨੋ ਸੇਜ਼ ਕਿ ਮੈਂ ਵੀ ਲੈਣਾ ਚਾਹੁੰਦਾ, ਮੈਨੂੰ ਪਤਾ ਹੈ ਕਿ ਮੈਂ ਲੈਣਾ ਹੈ, ਪਰ ਮੇਰੀ ਹਾਲੇ ਤਨਖਾਹ ਕੋਈ ਖਾਸ ਨਹੀਂ ਹੈ। ਮੇਰੀ ਵਾਈਫ ਪ੍ਰੈਗਨੈਂਟ ਹੋ ਗਈ, ਉਹਦਾ ਬੇਬੀ ਆਲਰੇਡੀ ਹੋ ਗਿਆ, ਬੇਬੀ ਨਾਲ ਟਰੈਵਲ ਕਰ ਰਹੀ ਹੈ। ਸੋ ਮੈਂ ਨਹੀਂ ਚਾਹੁੰਦਾ ਕਿ ਬੱਚਿਆਂ ਤੋਂ ਕੋਈ, ਸੋ ਸ਼ੀ ਇਜ਼ ਨੋਟ ਵਰਕਿੰਗ, ਆਈ ਡੋਂਟ ਹੈਵ ਐਨੀ ਹੈਲਪ। 40,000 ਮੇਰੀ ਕੋਂਸਟੈਂਟ ਇਨਕਮ ਹੈ ਔਰ ਥੋੜ੍ਹਾ ਹੋਰ ਮੈਨੂੰ ਕਿਸੇ ਵੇਲੇ ਮੈਂ ਬਣਾ ਲੈਂਦਾ, ਬਟ ਕੋਂਸਟੈਂਟ ਜਿਹੜੀ ਹੈਗੀ ਹੈ ਉਹ $40,000 ਦੀ ਹੈ। ਕਿ ਮੈਨੂੰ ਲੱਗ ਰਿਹਾ ਕਿ ਮੈਨੂੰ ਵੇਟ ਕਰਨੀ ਚਾਹੀਦੀ ਹੈ, ਪਰ ਮੇਰੇ ਇਨਲੋਜ਼ ਇਨਸਿਸਟ ਕਰ ਰਹੇ ਹਨ ਕਿ ਘਰ ਲੈ ਲੈਣਾ ਚਾਹੀਦਾ। ਔਰ ਹੁਣ ਲੇਟੈਸਟ ਜਿਹੜਾ ਉਹਨਾਂ ਨੇ ਮੈਨੂੰ ਕਿਹਾ ਹੈ ਕਿ ਅਸੀਂ ਤੈਨੂੰ ਥੋੜ੍ਹਾ ਦਿੰਦੇ ਹਾਂ ਔਰ ਫਿਰ ਤੂੰ ਮੈਨੂੰ ਸਾਨੂੰ ਵਾਪਸ ਕਰਦਾ ਰਹੀਂ ਅਤੇ ਤੂੰ ਲੈ ਲੈ। ਕਹਿੰਦਾ ਕਿ ਮੈਂ ਬੜੀ ਉਹਦੇ 'ਚ ਆਂ ਕਿ ਵਾਕਈ ਮੈਂ ਪਤਾ ਨਹੀਂ 40 ਤੋਂ ਕਿੱਥੇ ਪਹੁੰਚਾਂਗਾ, ਕਦੋਂ ਲੈ ਸਕਾਂਗਾ, ਜਾਂ ਮੈਂ ਇੱਕ ਛੋਟਾ ਅਪਾਰਟਮੈਂਟ ਹੀ ਲੈ ਲਾਂ। ਔਰ ਜਿਹੜੀ ਯੂ ਨੋ ਪਹਿਲੇ ਕੁਛ ਅਮਾਊਂਟ ਚਾਹੀਦੀ ਹੈ ਉਹ ਪਕੜ ਲਾਂ, ਜਾਂ ਮੈਂ ਪਹਿਲੇ ਜੋੜ ਲਾਂ, ਕਿਉਂਕਿ ਮੈਂ ਥੋੜ੍ਹੇ ਤਾਂ ਜੋੜੇ ਹੋਏ ਹੈ। ਜਦ ਮੈਂ ਆਪਣੇ ਇਨਲੋਜ਼ ਕੋਲ ਰਹਿੰਦਾ ਸੀ ਉਹ ਕੁਛ ਨਹੀਂ ਲੈਂਦੇ ਸੀ, ਅਤੇ ਉਹ ਸਾਡੇ ਕੋਲ ਜੁੜੇ ਹੋਏ ਹੈ ਪੈਸੇ ਥੋੜ੍ਹੇ। ਸੋ ਮੈਂ ਇੱਕ ਤਰ੍ਹਾਂ ਨਾਲ ਯੂ ਨੋ ਇਕੱਠਾ ਕੁਛ ਬਿਗਨਿੰਗ ਵਿੱਚ ਦੇ ਸਕਦਾ, ਪਰ ਸਮਹਾਓ ਅਗਰ ਉਹ ਇਨਸਿਸਟ ਕਰ ਰਹੇ ਕਿ ਅਪਾਰਟਮੈਂਟ ਬੜਾ ਬੇਕਾਰ ਹੈ, ਲੈਣਾ ਘਰ ਲੈਣਾ ਚਾਹੀਦਾ, ਔਰ ਉਹਦੇ ਵਾਸਤੇ ਉਹ ਹੈਲਪ ਕਰਨ ਨੂੰ ਤਿਆਰ ਹੈ, ਉਹ ਇਨਸਿਸਟ ਕਰ ਰਹੇ ਕਿ ਨਹੀਂ ਸਾਡੀ ਹੈਲਪ ਲੈ ਲਓ, ਐਂਡ ਧੀਰੇ ਧੀਰੇ ਮੋੜ ਦੇਣਾ। ਉਹ ਕਹਿੰਦਾ ਮੈਂ ਇੱਕ ਪ੍ਰੈਸ਼ਰ ਲੈ ਰਿਹਾ ਇਸ ਚੀਜ਼ ਦਾ ਕਿ ਇੱਕ ਤਾਂ ਉਹ ਕੰਟਰੋਲ ਉਹਨਾਂ ਦਾ ਵਧੇਗਾ ਉਸ 'ਤੇ, ਬਾਕੀ ਥੋੜ੍ਹਾ ਜਿਹਾ ਸ਼ੇਅਰ ਇਹ ਵੀ ਕਰ ਰਹੇ ਕਿ ਕੰਟਰੋਲਿੰਗ ਹੈ ਉਹ ਫਾਦਰ ਇਨ ਲਾਅ, ਖਾਸ ਤੌਰ 'ਤੇ ਸਾਰੇ ਮੇਰੇ ਪੇਜ ਸਟੱਬਸ ਮੰਗਦੇ ਆ, ਹੋਰ ਕਿਉਂ ਨਹੀਂ ਤੂੰ, ਸੈਟਰਡੇ ਕਿਉਂ ਇੱਥੇ ਕਿਉਂ ਨਹੀਂ ਜਾਂਦਾ, ਉੱਥੇ ਕਿਉਂ ਨਹੀਂ ਜਾਂਦਾ। ਸੋ ਮਤਲਬ ਫਾਈਨੈਂਸ਼ਲੀ ਉਹ ਕਾਫੀ ਇੰਟਰਫੇਰੈਂਸ ਹੈ ਕੁੜੀ ਵਾਲਿਆਂ ਦੀ ਫੈਮਿਲੀ ਦੀ, ਵਿੱਚ ਹੀ ਡਸਨ ਲਾਈਕ ਓਬਵੀਅਸਲੀ। ਅਸੀਂ ਮੰਨਦੇ ਹਾਂ ਮਨੀ ਦੀ ਗੱਲ ਕਰਨੀ, ਆਪਣੀ ਤਨਖਾਹ ਦੀ ਗੱਲ ਕਰਨੀ, ਇੱਥੇ ਰਿਵਾਜ਼ ਨਹੀਂ ਹੈ ਕਿ ਕੋਈ ਸਿੱਧਾ ਹੀ ਤੁਹਾਨੂੰ ਪੁੱਛਦਾ ਰਹੇ ਕਿ ਤੂੰ ਕਿੰਨਾ ਕਮਾਉਂਦਾ ਹੈ, ਤੂੰ ਕਿਉਂ ਨਹੀਂ ਕਮਾਉਂਦਾ, ਇਸ ਤੋਂ ਜ਼ਿਆਦਾ ਕਿਉਂ ਨਹੀਂ ਕਮਾਉਂਦਾ, ਜਾਂ ਕੁਛ ਹੋਰ ਕਿਉਂ ਨਹੀਂ ਕਰਦਾ। ਪਰ ਸਾਡੀ ਇੰਡੀਅਨ ਕਮਿਊਨਿਟੀ 'ਚ ਖਾਸ ਤੌਰ ਜਿਨ੍ਹਾਂ ਨੇ ਕੁੜੀ ਦਿੱਤੀ ਹੋਏ ਔਰ ਮੁੰਡੇ ਨੂੰ ਯੂ ਨੋ ਇੰਡੀਆ ਤੋਂ ਇੱਥੇ ਲੈ ਕੇ ਆਏ ਨੇ, ਉਹ ਆਪਣਾ ਇੱਕ ਤਰ੍ਹਾਂ ਨਾਲ ਹੱਕ ਸਮਝ ਰਹੇ ਨੇ ਕਿ ਅਸੀਂ ਉਹ ਬੈਨੀਫਿਟ ਵਾਸਤੇ, ਕੋਈ ਗੁੱਡ ਇੰਟੈਂਸ਼ਨਸ ਵਾਸਤੇ ਆਫਕੋਰਸ, ਕਿ ਉਹਨਾਂ ਦੀ ਹੈਲਪ ਕਰਨੀ ਚਾਹ ਰਹੇ ਨੇ ਆਪਣੀ ਕੁੜੀ ਅਤੇ ਜਵਾਈ ਦੀ।
ਤੇ ਦੂਸਰੇ ਪਾਸੇ ਅਸੀਂ ਇਹ ਵੀ ਸਮਝਦੇ ਹਾਂ ਕਿ ਯੂ ਨੋ ਇਹੋ ਜਿਹੇ ਸਵਾਲ ਫਾਈਨੈਂਸ਼ਲੀ ਬੜੇ ਇੰਟੀਮੇਟ ਜਿਹੇ ਕੁਐਸਚਨਸ ਹੈ, ਹਰ ਕੋਈ ਕੰਫਰਟੇਬਲ ਨਹੀਂ ਹੁੰਦਾ ਆਨਸਰ ਕਰਨ ਨੂੰ। ਸੋ ਇਹ ਕਹਿੰਦਾ ਕਿ ਹੁਣ ਮੈਨੂੰ ਹੈਲਪ ਲੈ ਲੈਣੀ ਚਾਹੀਦੀ ਹੈ, ਧੀਰੇ ਧੀਰੇ ਮੋੜ ਲਾਂਗਾ, ਜਾਂ ਫਿਰ ਮੈਂ ਥੋੜ੍ਹਾ ਕਾਂ ਕਿ ਨਹੀਂ ਮੈਂ ਰੁਕਣਾ ਹੈ, ਆਪਣੇ ਇਕੱਠੇ ਕਰਕੇ ਮੈਂ ਆਪੇ ਜਿੰਨੇ ਕੁ ਦਾ ਲੈ ਸਕਦਾ ਉਨੇ ਕੁ ਦਾ ਲਾਂਗਾ, ਕਿਉਂਕਿ ਜੇ ਮੈਂ ਉਹਨਾਂ ਦੇ ਵੀ ਮੋੜਨੇ ਹੈ ਤਾਂ ਮੈਂ ਇੱਕਦਮ ਇੱਕ ਤਰ੍ਹਾਂ ਨਾਲ ਪਹਿਲਾਂ ਇੱਕ ਦੂਸਰਾ ਮੋਰਗੇਜ ਦਾ ਡੈਟ, ਫਿਰ ਇਹਨਾਂ ਦਾ ਡੈਟ, ਉਹ ਇਕੱਠਾ ਕਰਕੇ ਕੀ ਫਾਇਦਾ ਮੈਨੂੰ। ਸੋ ਗੱਲਬਾਤ ਦੇ ਵਿਊਜ਼ ਤੋਂ ਪੁੱਛ ਰਹੇ ਨੇ, ਕਹਿੰਦੇ ਮੇਰੀ ਵੋਟੀ ਬਹੁਤ ਰੈਗੂਲਰਲੀ ਦੇਖਦੀ ਹੈ, ਈਵਨ ਮੇਰੀ ਮਦਰ ਇਨ ਲਾਅ ਬਹੁਤ ਰੈਗੂਲਰਲੀ ਗੱਲਬਾਤ ਦੇਖਦੇ ਨੇ। ਸੋ ਮੈਂ ਆਪਣੀ ਵੋਟੀ ਨੂੰ ਕਿਹਾ ਹੈ ਕਿ ਕੋਈ ਹਰਜ਼ ਨਹੀਂ ਹੈ, ਮੈਂ ਗੱਲਬਾਤ ਵਾਲਿਆਂ ਨੂੰ ਪੁੱਛਦਾ। ਸੋ ਥੈਂਕ ਯੂ ਫੋਰ ਦਾ ਕੁਐਸਚਨ। ਸਾਰੇ ਗੱਲਬਾਤ ਦੇ ਵਿਊਜ਼ ਪਲੀਜ਼ ਜੁਆਇਨ ਕਰੋ, ਜ਼ਰੂਰ ਇਹਨਾਂ ਨਾਲ ਗੱਲ ਕਰੋ। ਬੜੀ ਸਿੰਪਲ ਜੀ ਗੱਲ ਹੈ ਐਕਚੁਲੀ, ਔਰ ਮੈਨੂੰ ਨਹੀਂ ਲੱਗਦਾ ਕਿ ਬੜੀ ਯੂਨੀਕ ਹੈ। ਹੋ ਸਕਦਾ ਬੜੇ ਬੰਦੇ ਇਸ ਸਿਚੁਏਸ਼ਨ 'ਚ ਹੋਣ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਯੂ ਨੋ ਰਿਸੋਰਸਿਸ, ਜੋ ਤੁਸੀਂ ਤੁਹਾਡੇ ਇਸ ਵੇਲੇ ਪ੍ਰੈਜੈਂਟ ਵਿੱਚ ਤੁਹਾਡੇ ਹੱਥਾਂ ਵਿੱਚ ਜਾਂ ਤੁਹਾਡੇ ਬੈਂਕ ਵਿੱਚ ਜੋ ਪੈਸੇ ਹੈਗੇ ਹੈ ਉਹਦੇ ਥਰੂ ਤੁਸੀਂ ਨਹੀਂ ਲੈ ਪਾ ਰਹੇ, ਤਾਂ ਇੱਕ ਥੋੜ੍ਹੀ ਕਿਸੇ ਦੀ ਹੈਲਪ ਲੈ ਕੇ ਤੁਸੀਂ ਕਾਰ ਵਗੈਰਾ ਕੁਛ ਲੈ ਸਕਦੇ ਹੋ। ਬਟ ਇੱਥੇ ਖਾਸ ਤੌਰ 'ਤੇ ਇਨਲੋਜ਼ ਦੀ ਹੈਲਪ, ਔਰ ਇਨਲੋਜ਼ ਇਨਸਿਸਟ ਕਰ ਰਹੇ ਨੇ ਕਿ ਤੁਸੀਂ ਸਾਡੇ ਤੋਂ ਹੈਲਪ ਲੈ ਲਓ, ਵਾਪਸ ਮੋੜ ਦੇਣਾ, ਪਰ ਤੁਸੀਂ ਕਰ ਲਓ ਇੱਕ ਫਾਲਤੂ ਦੇ ਕਿਰਾਏ 'ਤੇ ਨਾ ਲਓ। ਮਤਲਬ ਦੋਨੋਂ ਪਾਰਟੀਜ਼ ਬੜੀਆਂ ਰਾਈਟ ਲੱਗਦੀਆਂ ਆਪਣੀ ਆਪਣੀ ਜਗ੍ਹਾ 'ਤੇ, ਗੁੱਡ ਇੰਟੈਂਸ਼ਨਸ ਹੈ, ਪਰ ਕੀ ਕਹਿੰਦੇ ਹੋ ਇਹਨਾਂ ਨੂੰ ਕਿ ਕੀ ਕਰਨਾ ਚਾਹੀਦਾ? ਥਰੂ ਯੋਰ ਐਕਸਪੀਰੀਅੰਸ ਜ਼ਰੂਰ ਕੋਚ ਕਰੋ, ਆਪਣਾ ਜੋ ਵੀ ਤੁਹਾਡਾ ਯੂ ਨੋ ਆਂਸਰ ਹੈਗਾ ਕਿ ਲੈ ਲੈਣੇ ਚਾਹੀਦੇ ਜਾਂ ਨਹੀਂ ਲੈ ਲੈਣੇ ਚਾਹੀਦੇ, ਉਹਦਾ ਰੀਜ਼ਨ ਕਿਉਂ ਸੋਚਦੇ ਹੋ ਲੈ ਲੈਣੇ ਚਾਹੀਦੇ ਜਾਂ ਨਹੀਂ ਲੈਣੇ ਚਾਹੀਦੇ, ਅਤੇ ਕਿਉਂ ਸੋਚਦੇ ਹੋ ਕਿ ਨਹੀਂ ਲੈਣੇ ਚਾਹੀਦੇ, ਐਂਡ ਤੁਹਾਡੀ ਫਿਲੋਸਫੀ ਦੇ ਹਿਸਾਬ ਨਾਲ, ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਕੀ ਠੀਕ ਰਹਿੰਦਾ, ਵਾਟ ਇਜ਼ ਗੁੱਡ ਫੋਰ ਹਿਮ ਐਂਡ ਹਿਜ਼ ਫੈਮਲੀ। ਯੂ ਨੋ ਇਹਨਾਂ ਦੇ ਆਫਕੋਰਸ ਇਹਨਾਂ ਦਾ ਹੋਰ ਕੋਈ ਨਹੀਂ ਹੈ ਅਤੇ ਉਹੀ ਫੈਮਲੀ ਹੈ ਇਨਲੋਜ਼ ਦੀ, ਪਰ ਆਪਸ ਵਿੱਚ ਰਿਸ਼ਤਾ, ਇਹਨਾਂ ਦੀ ਆਪਣੀ ਸੈਲਫ ਅਸਟੀਮ, ਜਾਂ ਫਿਰ ਯੂ ਨੋ ਹੂ ਕੇਅਰਸ ਕਿ ਥੋੜ੍ਹਾ ਲੈ ਕੇ ਆਪਣਾ ਇੱਕ ਵਾਰੀ ਸ਼ੁਰੂਆਤ ਕਰਨ, ਜੋ ਵੀ ਮੋਰਗੇਜ ਜਾ ਰਹੀ ਹੈ ਉਹ ਤਾਂ ਕਿਸੇ ਹੋਰ ਦੀ ਜਾ ਰਹੀ ਹੈ ਇਸ ਵੇਲੇ, ਕਿਰਾਇਆ ਤਾਂ ਵੇਸਟ ਹੋ ਰਿਹਾ ਜਿਵੇਂ ਅਕਸਰ ਕਿਹਾ ਜਾਂਦਾ, ਅਤੇ ਕਿਉਂ ਨਹੀਂ ਕਿ ਇਹਨਾਂ ਦੇ ਆਪਣੇ ਉਹਦੇ 'ਤੇ ਜਾਏ, ਯੂ ਨੋ ਪੂਲਿੰਗ ਦੇ ਵਿੱਚ ਪਏਗਾ, ਘਰ ਬਣ ਜਾਏਗਾ ਇਸ ਬਹਾਨੇ ਅਗਰ ਤਾਂ ਉਹ ਕਰਦੇ ਹੈ। ਸੋ ਕੀ ਕਹਿੰਦੇ ਹੋ ਜ਼ਰੂਰ ਦੱਸੋ, ਮੈਨੂੰ ਕਾਲ ਕਰੋ, ਐਂਡ ਆਈ ਐਮ ਸ਼ੋਰ ਇਹ ਵੀ ਜਿਹੜਾ ਸਪੈਸ਼ਲੀ ਟੀ ਵੀ ਦੇ ਨਾਲ ਕਹਿੰਦੇ ਮੈਂ ਗਲੂ ਹੋ ਕੇ ਬੈਠਾਂ, ਕਿਉਂਕਿ ਮੈਨੂੰ ਇੱਕ ਪਾਸੇ ਇਸ ਦਾ ਧਿਆਨ ਬਹੁਤ ਆ ਰਿਹਾ ਕਿਉਂਕਿ ਅੱਜ ਕੱਲ੍ਹ ਮੈਂ ਖਾਲੀ ਹਾਂ, ਬੇਟਾ ਅਤੇ ਵਾਈਫ ਇੰਡੀਆ ਗਏ ਹੋਏ ਨੇ। ਸੋ ਮੈਨੂੰ ਲੱਗਦਾ ਕਿ ਮੈਨੂੰ ਇਸ ਚੀਜ਼ 'ਤੇ ਡਿਸਾਈਡ ਕਰ ਲੈਣਾ ਚਾਹੀਦਾ, ਔਰ ਕਿਸ ਤਰ੍ਹਾਂ ਉਹਨਾਂ ਨੂੰ ਮੈਂ ਆਪਣੀ ਗੱਲ, ਜੋ ਵੀ ਮੈਂ ਡਿਸਾਈਡ ਕਰਾਂਗਾ ਮੈਂ ਉਹਨੂੰ ਕਹਿ ਤਾਂ ਸਕਾਂਗਾ, ਮੈਨੂੰ ਨਹੀਂ ਲੱਗਦਾ ਕਿ ਉਹਦੇ 'ਚ ਪ੍ਰੋਬਲਮ ਆਏਗੀ, ਪਰ ਮੈਨੂੰ ਦੱਸੋ ਕਿ ਕਰਨਾ ਕੀ ਚਾਹੀਦਾ, ਕਿਉਂਕਿ ਮੈਂ ਇੱਥੇ ਇੰਨਾ ਜ਼ਿਆਦਾ ਪੁਰਾਣਾ ਨਹੀਂ ਹਾਂ। ਸੋ ਮੈਨੂੰ ਰਾਏ ਚਾਹੀਦੀ ਹੈ। ਬਹੁਤ ਵਧੀਆ ਜੀ, ਆਈ ਥਿੰਕ ਇਟਸ ਅ ਗੁੱਡ ਕੁਐਸਚਨ। ਲੈਟਸ ਸੀ ਕਿ ਕੀ ਕਹਿ ਰਹੇ ਨੇ ਸਾਰੇ, ਮੈਂ ਪਹਿਲੇ ਕਾਲ ਹੀ ਲੈ ਲੈਂਦੀ ਹਾਂ, ਇਹਨਾਂ ਤੋਂ ਪੁੱਛਦੇ ਹਾਂ ਕੀ ਕਹਿ ਰਹੇ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਅਰਜਨ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸੁਰਿੰਦਰ ਜੀ, ਦੱਸੋ। ਸੁਦਰਸ਼ਨ ਜੀ ਦੱਸੋ। ਨਾ ਹੀ ਭੁੱਲ ਜਾਂਦੇ ਯਾਰ, ਕਮਾਲ ਹੋ ਗਈ। ਨਹੀਂ ਨਹੀਂ ਨਹੀਂ, ਕਿਸੇ ਦਿਨ ਬਿਲਕੁਲ ਭੁੱਲ ਜਾਓਗੇ। ਨਹੀਂ ਨਹੀਂ, ਮੂੰਹ ਚੋਂ ਨਿਕਲ ਗਿਆ, ਐਸੀ ਗੱਲ ਨਹੀਂ ਹੈ। ਸੁਦਰਸ਼ਨ ਜੀ ਤੁਹਾਨੂੰ ਨਹੀਂ ਭੁੱਲਦੇ, ਅਸੀਂ ਭੁੱਲਣ ਹੀ ਨਹੀਂ ਦਾਂਗੇ। ਹਾਂਜੀ, ਐਸਾ ਹੈ ਕਿ ਇੱਕ ਸੈਲਫ ਰਿਸਪੈਕਟ ਬੜੀ ਚੀਜ਼ ਹੁੰਦੀ ਹੈ। ਓਕੇ, ਸਭ ਤੋਂ ਪਹਿਲੇ ਜਿਹੜੀ ਚੀਜ਼ ਹੈ ਉਸ ਬੱਚੇ ਨੂੰ ਇਹ ਚਾਹੀਦਾ ਕਿ ਉਹਨਾਂ ਕੋਲੋਂ ਬਿਲਕੁਲ ਹੈਲਪ ਨਾ ਲਵੇ। ਅੱਛਾ, ਉਹਨਾਂ ਦੇ ਉਹ ਬੜੇ ਪ੍ਰੈਸ਼ਰ ਦੇ ਵਿੱਚ ਆ ਜਾਏਗਾ, ਮੋਰਟਗੇਜ ਵੀ ਦੇਗਾ, ਉਹਨਾਂ ਦਾ ਕਰਜ਼ਾ ਵੀ ਉਹਦੇ ਸਿਰ ਤੇ ਹੋਏਗਾ, ਉਹ ਹਰ ਵਕਤ ਪ੍ਰੈਸ਼ਰ 'ਚ ਹੋਏਗਾ। 40,000 ਕੋਈ ਐਸੀ ਵੱਡੀ ਇਨਕਮ ਨਹੀਂ ਹੈ ਜਿਸ ਵਾਸਤੇ ਉਹ ਆਪਣਾ ਘਰ ਖਰੀਦ ਤੇ ਤੰਗ ਹੋ ਕੇ ਬੈਠ ਜਾਵੇ। ਜੀ ਬਿਲਕੁਲ ਬਿਲਕੁਲ, ਹੀ ਕੈਨ ਟੇਕ ਦ ਟਾਈਮ, ਆਪਣਾ ਟਾਈਮ ਲਵੇ ਔਰ ਉਹਨਾਂ ਨੂੰ ਸਾਫ਼ ਕਹਿ ਦੇਵੇ ਕਿ ਅਜੇ ਮੈਂ ਅਫੋਰਡ ਨਹੀਂ ਕਰ ਸਕਦਾ, ਜਦ ਮੈਂ ਲੈਣਾ ਚਾਹਾਂਗਾ ਮੈਂ ਲੈ ਲਵਾਂਗਾ, ਤੁਸੀਂ ਮੇਰੇ ਤੇ ਪ੍ਰੈਸ਼ਰ ਨਹੀਂ ਪਾਓ। ਔਰ ਆਪਣੀ ਬੀਵੀ ਨੂੰ ਸਮਝਾਵੇ ਕਿ ਨਹੀਂ, ਅਸੀਂ ਇਸ ਤਰ੍ਹਾਂ ਲੈ ਕੇ ਨਹੀਂ ਲੈਣਾ। ਠੀਕ ਹੈ, ਕੋਈ ਦਾਨ ਤੇ ਉਹ ਦੇ ਨਹੀਂ ਰਹੇ, ਬਚ ਜਾਵੇ। ਉਸ ਆਪਣੀ ਬੀਵੀ ਨੂੰ ਵੀ ਕਹੋ ਕਿ ਮੈਨੂੰ ਜ਼ਿਆਦਾ ਇੰਟਰਫੇਰੈਂਸ ਨਹੀਂ ਚਾਹੀਦੀ, ਔਰ ਅਸੀਂ ਲਵਾਂਗੇ ਮਕਾਨ, ਕੋਈ ਐਸੀ ਦਿਨ ਖਤਮ ਨਹੀਂ ਹੋ ਗਿਆ, ਕੰਮ ਜ਼ਰੂਰ ਲਵਾਂਗੇ, ਪਰ ਜਦ ਮੈਂ ਅਫੋਰਡ ਕਰ ਸਕਾਂਗਾ ਮੈਂ ਲਵਾਂਗਾ। ਬਹੁਤ ਵਧੀਆ ਸੁਦਰਸ਼ਨ ਜੀ, ਯਾਰ ਕਹੀ ਕਿ ਸੈਲਫ ਰਿਸਪੈਕਟ ਵੀ ਕੀ ਚੀਜ਼ ਹੈ ਕਿ ਐਵੇਂ ਕੰਮ ਖਾ ਦਬਾਈ ਜਾਓ ਬੱਚੇ ਨੂੰ।
जी बिल्कुल बिल्कुल या बहुत वधिया सुदर्शन जी लैंदियां एक्चुअली की करदे आ छोटी जी ब्रेक लैंदे आ तुसी सारे कॉल करो सोच के रखो तुसी की कहंदे हो इहनां नूं और किस पिछे तुहाडा इह पॉइंट ऑफ व्यू है ओह भी जरूर दसो मैं एक ब्रेक तो बाद वापस हाजिर होनी हूं सारे दा फिर स्वागत है वेलकम बैक लेट्स सी की कहंदे ने सारे क्योंकि ऑफ कोर्स मनी मैटर्स एक गल है जिहड़ी असीं अज गल कर रहे हां कि ਕਿਸੇ ਦੇ ਨਾਲ ਸਾਹਮਣੇ ਵੀ ਆਈ ਥਿੰਕ ਅਸੀਂ ਬੜੇ ਇੰਟੀਮੇਟਲੀ ਆਪਸ ਵਿੱਚ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਆਪਣੀ ਮਨੀ ਨੂੰ ਸਪੈਂਡ ਕਰਨਾ ਹਰ ਇੱਕ ਦੇ ਆਪਣੇ ਆਪਣਾ ਤਰੀਕਾ ਹੈ ਐਂਡ ਦੈਨ ਖਾਸ ਤੌਰ 'ਤੇ ਇਨ ਲੋਜ਼ ਔਰ ਯੂ ਨੋ ਮੁੰਡੇ ਦੇ ਇਨ ਲੋਜ਼ ਅਗਰ ਇੰਨੇ ਇੰਟਰਫੇਅਰਿੰਗ ਹੈ ਔਰ ਜਿਵੇਂ ਕਹਿੰਦੇ ਨੇ ਕਿ ਪਹਿਲੇ ਵਿੱਚ ਸੀਗੇ ਥੋੜ੍ਹਾ ਨਿਕਲੇ ਵੀ ਤਾਂ ਹੀ ਹੈ ਘਰੋਂ ਬਾਹਰ ਕੇ ਬਹੁਤ ਇੰਟਰਫੇਅਰਿੰਗ ਸੀਗੇ ਸੋ ਹੁਣ ਉਹ ਕਹਿੰਦੇ ਪੇ ਸਟਬਸ ਮੰਗਦੇ ਰਹਿੰਦੇ ਨੇ ਕਿ ਹਾਂ ਕਿਉਂ ਕਿੰਨੀ ਹੋਈ ਤੇਰੀ ਤਨਖਾਹ ਹੁਣ ਆਈਵ ਸੀਨ ਇੰਡੀਆ ਦੇ ਵਿੱਚ ਇਹ ਬੜਾ ਨੋਰਮਲ ਜਿਹਾ ਕੁਸ਼ਚਨ ਹੈ ਈਵਨ ਹੁਣ ਅਸੀਂ ਜਾਂਦੇ ਹਾਂ ਦੇ ਵਿਲ ਬੀ ਵਨ ਕੁਛ ਤਰ੍ਹਾਂ ਦੀਆਂ ਪਰਸਨੈਲਿਟੀਜ਼ ਹੋਣੀਆਂ ਜਿਹੜੇ ਬੜੇ ਆਰਾਮ ਨਾਲ ਪੁੱਛ ਲੈਂਦੀਆਂ ਵੀ ਹਾਂਜੀ ਕਿੰਨਾ ਕਮਾਉਂਦੇ ਹੋ ਤੁਸੀਂ ਕਿੰਨਾ ਕਮਾਉਂਦੇ ਹੋ ਕਿੰਨਾ ਬਣਾ ਲੈਂਦੇ ਹੋ ਬਟ ਇਟਸ ਸੱਚ ਯੂ ਨੋ ਕੁਸ਼ਚਨ ਜਿਹੜਾ ਤੁਸੀਂ ਨਹੀਂ ਆਨਸਰ ਕਰਨਾ ਚਾਹੁੰਦੇ ਮੋਸਟ ਆਫ ਦਾ ਟਾਈਮ ਕਿ ਤੁਹਾਨੂੰ ਕੀ ਯੂ ਨੋ ਬਟ ਐਨੀਵੇਜ਼ ਇਹ ਬੜੀ ਮਨੀ ਐਜ਼ ਵੈਲ ਐਜ਼ ਯੂ ਨੋ ਖਾਸ ਤੌਰ 'ਤੇ ਕਿਉਂਕਿ ਤੁਹਾਡੇ ਇਨ ਲੋਜ਼ ਇੱਕ ਸੁਪੀਰੀਅਰ ਫਾਦਰ ਇਨ ਲੋ ਇੱਕ ਪਰਸਨੈਲਿਟੀ ਵੀ ਹੋਣ ਜਿਹੜੇ ਥੋੜ੍ਹੇ ਕੰਟਰੋਲਿੰਗ ਹੋਣ ਅਤੇ ਤੁਸੀਂ ਕੀ ਕਰਨਾ ਚਾਹੋਗੇ ਜ਼ਰੂਰ ਸ਼ੇਅਰ ਕਰੋ ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿ ਰਹੇ ਨੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਅਰਵਿੰਦ ਜੀ ਹਾਂਜੀ ਸਤਿ ਸ਼੍ਰੀ ਅਕਾਲ ਜਸਪ੍ਰੀਤ ਦੱਸੋ ਕੀ ਕਹਿੰਦੇ ਹੋ ਮੇਰੇ ਮਨ 'ਚ ਕਈ ਸਵਾਲ ਉੱਠੇ ਆ ਹਾਂਜੀ ਮੈਂ ਕਹਾਂਗੀ ਲਾਈਕ ਪ੍ਰੈਕਟੀਕਲੀ ਨਾ ਪ੍ਰੋਜ਼ ਐਂਡ ਕਾਂਸ ਦੇਖੇ ਓਕੇ ਤੇ ਠੀਕ ਆ ਤੁਸੀਂ ਕਹਿੰਦੇ ਹੋ ਕੋਈ ਦੋ ਢਾਈ ਸਾਲ ਤੋਂ ਆਪਣਾ ਅਪਾਰਟਮੈਂਟ 'ਚ ਰਹਿ ਰਿਹਾ ਰਾਈਟ ਦੋ ਢਾਈ ਸਾਲ ਤੋਂ ਆਏ ਨੇ ਇੰਡੀਆ ਤੋਂ ਹੋਏ ਨੇ ਆਏ ਨੇ 8 ਮਹੀਨੇ ਪਹਿਲੇ ਫੈਮਿਲੀ 'ਚ ਰਹਿੰਦੇ ਰਹੇ ਨੇ ਇਨ ਲੋਸ ਕੋਲ 8 ਮਹੀਨੇ ਪਹਿਲਾਂ ਫੈਮਿਲੀ ਤੇ ਹੁਣ ਫਿਰ ਆਪਣਾ ਅੱਡ ਅਪਾਰਟਮੈਂਟ 'ਚ ਰਹਿ ਰਿਹਾ ਹਾਂਜੀ 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 ਓਕੇ ਕੁਝ ਪੈਸੇ ਜੋੜੇ ਆ ਹਾਂਜੀ ਤੇ ਮੈਂ ਕਹਾਂਗੀ ਇਹ ਦੇਖਣ ਕਿਸ ਏਰੀਆ ਇਹਨਾਂ ਦੀ ਹਾਊਸਿੰਗ ਮਾਰਕੀਟ ਕਿਸ ਤਰ੍ਹਾਂ ਹੈਗੀ ਆ ਲਾਈਕ ਐਵਰੇਜ ਪ੍ਰਾਈਸ ਕਿੱਦਾਂ ਹੈਗੀ ਆ ਘਰ ਦੇ ਜਿਸ ਏਰੀਆ 'ਚ ਰਹਿਣਾ ਚਾਹੁੰਦੇ ਆ ਓਕੇ ਓਕੇ ਬੇਸਡ ਔਨ ਦੈਟ 100,000 150,000 ਦਾ ਚਲੋ ਐਵਰੇਜ ਲਾ ਲਓ ਹਾਂ ਸਟਾਰਟਿੰਗ ਹੋਮ ਦਾ ਡਿਪੈਂਡ ਕਰਦਾ ਕਿੰਨਾ ਕੁ ਯੂ ਨੋ 2000 ਸਕੁਅਰ ਫੁੱਟ ਥੋੜਾ ਡਿਪੈਂਡ ਕਰਦਾ ਕਿੰਨਾ ਵੱਡਾ ਘਰ ਚਾਹੁੰਦੇ ਆ ਹਾਂਜੀ ਬਿਲਕੁਲ ਅਸੀਂ ਇੱਕ ਨੰਬਰਸ ਨਾਲ ਗੱਲ ਨਹੀਂ ਕਰ ਸਕਦੇ ਜਸਪ੍ਰੀਤ ਕਿਉਂਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਆਈ ਮੀਨ ਕਿਉਂਕਿ 100,000 150,000 ਤੁਸੀਂ ਕਹਿ ਰਹੇ ਹੋ ਐਂਡ ਡਿਪੈਂਡ ਕਿਉਂਕਿ ਸਾਡਾ ਸਾਰਾ ਕੁਝ ਕਿੱਦਾਂ ਰਿਲੇਟਿਵ ਥੋਟ ਆਉਂਦੀ ਹੈ ਜਿੱਥੇ ਤੁਸੀਂ ਰਹਿੰਦੇ ਹੋਣੇ ਹੋ ਅਸੀਂ ਹੁਣ ਨਿਊਯਾਰਕ ਦੇ ਵਿੱਚ ਹਾਂ ਇੱਕ ਅਪਾਰਟਮੈਂਟ ਵੀ 150,000 ਦਾ ਨਹੀਂ ਆਉਂਦਾ ਇੱਥੇ ਈਵਨ 1 ਬੈਡਰੂਮ ਬਹੁਤ ਮਹਿੰਗਾ ਹਾਂਜੀ ਹਾਂਜੀ ਸੋ ਅੱਛਾ ਉੱਥੇ ਥੋੜਾ ਜਿਹਾ ਘੱਟ ਹੈਗਾ ਆਈ ਨੋ ਹਾਂ ਉਹ ਦੇਖ ਲੈਣ ਬਈ ਜੇ ਖਾਸ ਕਰਕੇ ਜੇ ਫਾਦਰ ਇਨ ਲਾ ਥੋੜਾ ਇਨ ਲਾ ਥੋੜਾ ਕੰਟਰੋਲਿੰਗ ਹੈ ਗਿਆ ਨਾ ਜੀ ਇਹਨਾਂ ਦੇ ਮਨ ਚ ਆਲਵੇਸ ਫੀਲ ਹੋਏਗਾ ਬਈ ਜਿੱਦਾਂ ਤੁਸੀਂ ਕਹਿ ਰਹੇ ਹੋ ਮੋਰਗੇਜ ਵੀ ਦੇ ਰਹੇ ਆ ਤੇ ਉਹਨਾਂ ਨੂੰ ਵੀ ਥੋੜੇ ਥੋੜਾ ਦੇ ਰਹੇ ਆ ਵਾਪਸ ਉਹਨਾਂ ਦਾ ਲੋਨ ਹੈਗਾ ਦੇਣਗੇ ਯਾ ਤੇ ਉਹ ਵੀ ਫਿਰ ਵੈਰੀ ਕਰੇਗਾ ਬਈ ਕਿੰਨਾ ਕੁ ਬੋਰੋ ਕਰ ਰਹੇ ਆ ਤੇ ਕਿੰਨਾ ਕੁ ਆਮ ਤੁਸੀਂ 20% ਡਾਊਨ ਦੇ ਸਕਦੇ ਹੋ ਹਾਂਜੀ ਤੁਹਾਨੂੰ ਮੋਰਗੇਜ ਇੰਸ਼ੋਰੈਂਸ ਨਹੀਂ ਲੈਣੀ ਪੈਂਦੀ ਰਾਈਟ ਜੀ ਮੈਂ ਕਹਾਂਗੀ ਜਦ ਤੱਕ ਇਹ ਕੰਫਰਟੇਬਲ ਆਪਣੇ ਵੱਲੋਂ ਫੀਲ ਨਹੀਂ ਕਰਦੇ ਘਰ ਲੈਣ ਲਈ ਚਾਹੇ ਹੋਰ ਥੋੜਾ ਵੇਟ ਕਰ ਲੈਣ ਸਾਲ 2 ਸਾਲ ਜਿੰਨਾ ਇਹਨਾਂ ਨੂੰ ਠੀਕ ਲੱਗਦਾ ਰਾਈਟ ਆਪਣੇ ਸਾਰੇ ਐਕਸਪੈਂਸਿਸ ਦੇਖ ਲੈਣ ਮਹੀਨੇ ਦੇ ਐਵਰੇਜ ਕਿੰਨੇ ਹੁੰਦੇ ਆ ਸੋ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹੱਕ 'ਚ ਹੋ ਕਿ ਉਹ ਬੋਰੋ ਕਰ ਲੈਣ ਉਹਨਾਂ ਤੋਂ ਕਿ ਨਹੀਂ ਕਹਾਂਗੀ ਨਹੀਂ ਮੈਂ ਕਹਾਂਗੀ ਜਦ ਤੱਕ ਇਹ ਵੇਟ ਕਰ ਲੈਣ ਜਦੋਂ ਆਪ ਕੰਫਰਟੇਬਲ ਹੋਣ ਤਾਂ ਉਦੋਂ ਤੱਕ ਉਹ ਵੇਟ ਕਰ ਲੈਣ ਓਕੇ ਕਿਉਂਕਿ ਨਹੀਂ ਤਾਂ ਨਾ ਉਹ ਫੀਲ ਕਰੂਗਾ ਆਲਵੇਜ਼ ਫੀਲ ਕਰਨਗੇ ਬਈ ਉਹ ਯੂ ਨੋ ਖਾਸ ਕਰਕੇ ਉਹਨਾਂ ਫਾਈਨੈਂਸਿਸ ਦੇ ਹਾਂਜੀ ਸਤਿ ਸ਼੍ਰੀ ਅਕਾਲ
ਸਸਿਕਾਲ ਜੀ ਜਨ ਜੀ ਕੀ ਹਾਲ ਆ? ਬਹੁਤ ਵਧੀਆ ਜੀ, ਕੌਣ ਬੋਲ ਰਹੇ ਹੋ? ਹਾਂ ਮੈਂ ਤੇ ਕੈਲੀਫੋਰਨੀਆ ਤੋਂ ਬੋਲਦੀ ਆ ਸਰਜੀਤ। ਹਾਂਜੀ ਸੁਰਜੀਤ ਜੀ, ਦੱਸੋ ਕੀ ਕਹਿੰਦੇ ਹੋ? ਹਾਂਜੀ ਮੈਂ ਤੇ ਇਹ ਚਾਹੁੰਦੀ ਆ ਤੁਹਾਨੂੰ ਨਹੀਂ ਲੈਣਾ ਚਾਹੀਦਾ। ਅੱਛਾ, ਜਿੱਦਾਂ ਨਾ ਦੋਨਾਂ ਪਾਸੇ ਉਹਨੂੰ ਫੋੜ ਕਰਨਾ ਔਖਾ ਹੋ ਜਾਊਗਾ। ਦੋ ਹਾਂ, ਦੋਨਾਂ ਦਾ ਮੋੜਨਾ, ਠੀਕ ਹੈ। ਹਾਂ ਜਦੋਂ ਆਪਣੇ ਆਪ ਨਾ ਪੇ ਕਰ ਸਕੇ ਫੇ ਉਹ ਲਵੇ। ਸੋ ਵੇਟ ਕਰੇ। ਹਾਂਜੀ ਉਹ ਵੇਟ ਕਰ, ਜੇ ਉਹ ਪੇ ਕਰਕੇ ਉਹਦੀ ਹੈਲਪ ਕਰਨਗੇ ਫੇ ਉਹ ਤੇ ਰੋ ਪਾਉਣਗੇ ਸਾਡੇ ਵਾਪਸ ਪੈਸੇ ਅਸੀਂ ਨੀ ਦਿੱਤੇ ਉਹ ਆ ਏਦਾਂ ਆ। ਮੈਂ ਇਹ ਚਾਹੁੰਦੀ ਕੋ ਆਪਣੇ ਆਪ ਪੈਸੇ ਜੋੜ ਕੇ ਸਾਲ ਦੋ ਸਾਲ ਅਟਕ ਕੇ ਲਵੇ। ਕੁਛ ਖਾਸ ਐਗਜ਼ਾਮਪਲ, ਕੋਈ ਖਾਸ ਰੀਜ਼ਨ ਤੁਸੀਂ ਇਹ ਕਿਉਂ ਸੁਜੈਸਟ ਕਰ ਰਹੇ ਹੋ? ਹਾਂ ਮੈਂ ਦੱਸ ਤਾਂ ਕਰ ਰਹੀ ਹਾਂ, ਜੋ ਦੋਨਾਂ ਪਾਸਿਆਂ ਨੂੰ ਫੋੜ ਕਰਨਾ ਔਖਾ ਹੋ ਜਾਣਾ ਦੋਨੋਂ, ਉਹ ਤੇ ਆਪਣੇ ਸਹੁਰੇ ਨੂੰ ਵੀ ਵਾਪਸ ਕਰੂਗਾ, ਆਪਣੀ ਪੇਮੈਂਟ ਵੀ ਦੇਊਗਾ ਜੀ, ਫੇਰ ਉਹ ਵਾਪਸ ਕਰਨੇ ਬਹੁਤ ਹਾਰਡ ਹੋਲੇ। ਠੀਕ ਹੈ, ਹਾਂ ਇਹ ਕਰਕੇ ਮੈਂ ਸੋਚਦੀ ਆ ਜੇ ਉਹ ਹੈਲਪ ਕਰਨੀ ਉਹਦਾ ਫ੍ਰੀ ਕਰ ਦੇ ਹੈਲਪ, ਫੇਰ ਉਹਨੂੰ ਹੈਲਪ ਲੈ ਲਵੇ, ਜੇ ਉਹ ਕਹਿੰਦੇ ਸਾਨੂੰ ਵਾਪਸ ਕਰੇ ਫੇਰ ਨਾ ਕਰੇ। ਅੱਛਾ ਹਾਂਜੀ, ਤੁਹਾਨੂੰ ਉਹਦੀ ਹੈਲਪ ਕਰਨੀ ਮੰਗਦੇ ਫਿਰ ਕਹਿੰਦੇ ਵੀ ਲੈ ਦਿਓ। ਓਕੇ ਠੀਕ ਹੈ, ਚਲੋ ਬਹੁਤ ਵਧੀਆ। ਲੈਟਸ ਸੀ ਹੋਰ ਸਾਰਿਆਂ ਦਾ ਕੀ ਖਿਆਲ ਹੈ, ਕਿਉਂਕਿ ਡਾਊਨ ਪੇਮੈਂਟ ਦੀ ਗੱਲ ਹੋ ਰਹੀ ਹੈ ਵੀ ਡਾਊਨ ਪੇਮੈਂਟ ਉਹ ਦੇ ਦਿੰਦੇ ਹੈ ਅਤੇ ਅਗਰ ਤੇ ਰਿਟਰਨੇਬਲ ਹੈ ਤੇ ਜਿਵੇਂ ਸਾਰੇ ਕਹਿ ਰਹੇ ਕਿ ਉਹ ਨਹੀਂ ਕਿਉਂਕਿ ਡਬਲ ਭਾਰ ਪੈ ਜਾਏਗਾ, ਜਾਂ ਫਿਰ ਵੇਟ ਕਰਨ ਆਪਣੀ ਡਾਊਨ ਪੇਮੈਂਟ ਖੁਦ ਤਿਆਰ ਹੋ ਜਾਂਦੀ ਹੈ ਫਿਰ ਕਰਨ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ, ਫੋਨ ਵੱਲ ਧਿਆਨ ਦਿਆ ਕਰੋ ਪਲੀਜ਼, ਸਮਾਂ ਨਹੀਂ ਹੁੰਦਾ ਕਿ ਮੈਂ ਵੇਟ ਕਰਾਂ, ਸੋ ਮੈਂ ਦੂਸਰੀ ਕਾਲ ਲੈ ਲੈਂਦੀ ਹਾਂ, ਤੁਸੀਂ ਕਾਲ ਬੈਕ ਕਰੋ। ਹੈਲੋ, ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਦੱਸੋ ਜਸਪਾਲ ਜੀ, ਦੱਸੋ ਕੀ ਕਹਿੰਦੇ ਹੋ? ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਸਾਡੇ ਦੋ ਰਿਸ਼ਤੇ ਨੇ, ਹਾਂਜੀ ਇੱਕ ਨੌਂ ਸੱਸ ਦਾ ਇੱਕ ਜਵਾਈ ਸਹੁਰਿਆਂ ਦਾ, ਹਾਂਜੀ ਇਹ ਰਿਸ਼ਤੇ ਅਸੀਂ ਬੜੇ ਗੰਦੇ ਕਰ ਦਿੱਤੇ ਆ। ਅਗਰ ਅਗਰ ਤੁਸੀਂ ਸਾਨੂੰ ਹੈਲਪ ਮਿਲਦੀ ਹੈ ਕਿਸੇ ਔਖੇ ਟਾਈਮ ਤੇ ਤਾਂ ਜ਼ਰੂਰ ਲੈ ਲੈਣੀ ਚਾਹੀਦੀ, ਔਰ ਤੁਸੀਂ ਵੀ ਕਿਸੇ ਦੀ ਹੈਲਪ ਕਰ ਸਕਦੇ ਹੋ। ਠੀਕ ਹੈ, ਤੇ ਮੈਂ ਤਾਂ ਇਹ ਕਹਾਂਗਾ ਕਿ ਉਹਨਾਂ ਨੂੰ ਅਗਰ ਚਾਂਸ ਮਿਲਦਾ, ਅਗਰ ਹੈਲਪ ਮਿਲਦੀ ਉਹਨਾਂ ਨੂੰ, ਹਾਂਜੀ ਉਹਨਾਂ ਨੇ ਬੈਂਕ ਦੇ ਵੀ ਵਾਪਸ ਕਰਨੇ, ਹੋਰ ਵੀ ਵਾਪਸ ਕਰਨੇ, ਆਪਣੇ ਸਹੁਰਿਆਂ ਦੇ ਵਾਪਸ ਕਰਨੇ ਨੇ, ਹਾਂਜੀ ਉਹ ਜਵਾਈ ਪੁੱਤਰ ਬਣ ਜਾਏ ਜਾਂ ਨੌਂ ਧੀ ਬਣ ਜਾਏ, ਸੋਹਣੇ ਰਿਸ਼ਤੇ ਅਸੀਂ ਬਣਾ ਸਕਦੇ ਹਾਂ, ਸੋਹਣੇ ਸੋਹਣੇ ਤਰੀਕੇ ਨਾਲ ਚੱਲ ਸਕਦੇ ਹਾਂ। ਤੁਸੀਂ ਸਹੀ ਯਾਦ ਕਰਾਇਆ ਜਸਪਾਲ ਜੀ, ਸੋ ਇਹਦਾ ਮਤਲਬ ਸਵਾਲ ਅਗਰ ਦੂਸਰੇ ਪਾਸੇ ਦਾ ਹੁੰਦਾ ਕਿ ਮੁੰਡੇ ਦੇ ਪੇਰੈਂਟਸ ਹੈਲਪ ਕਰ ਰਹੇ ਹੁੰਦੇ ਤੇ ਫਿਰ ਸਾਰਿਆਂ ਦਾ ਕੀ ਖਿਆਲ ਹੁੰਦਾ? ਲੈ ਲੈਣੀ ਹੋਈ ਸੀ ਸਾਰੇ ਨਿਕਲ ਸੀ, ਲੈ ਲਓ ਲੈ ਲਓ। ਹਾਂ ਕਿਉਂਕਿ ਉਹ ਫਿਰ ਇੰਝ ਲੱਗਦਾ ਕਿ ਉਹਨਾਂ ਦਾ ਵੈਰ, ਸੋ ਇਹ ਡਿਫਰੈਂਸ ਹਾਲੇ ਵੀ ਇੰਡੀਅਨ ਕਮਿਊਨਿਟੀ ਦੇ ਵਿੱਚ ਇਹੀ ਹੈ ਕਿ ਭਾਵੇਂ ਇੰਡੀਪੈਂਡੈਂਟ ਕਪਲ ਹੈ, ਉਹ ਅਪਾਰਟਮੈਂਟ ਲੈ ਰਿਹਾ ਹੈ, ਡਾਊਨ ਪੇਮੈਂਟ ਅਗਰ ਮੁੰਡੇ ਦਾ ਪਿਓ ਦੇਗਾ ਤਾਂ ਲੈ ਲਓ, ਅਗਰ ਕੁੜੀ ਦਾ ਪਿਓ ਦੇ ਰਿਹਾ ਤਾਂ ਫਿਰ ਉਹ ਭਾਰ ਨਾ ਹੋਏ ਜਾਂ ਇੰਟਰਫੇਰੈਂਸ ਨਾ ਹੋਏ, ਉਹ ਇਸ਼ੂ ਬਣ ਜਾਂਦੇ ਨਾ। ਮੈਂ ਕਈ ਵਾਰੀ ਦੇਖਦਾ ਕਿ ਇੱਥੇ ਵੀ ਲਿਖਿਆ ਹੁੰਦਾ ਟਰੰਕ ਦੇ ਉੱਪਰ ਮਾਈ ਮਦਰ ਇਨ ਲਾਜ਼ ਇਨ ਮਾਈ ਟਰੰਕ। ਓ ਰੀਲੀ? ਤੋ ਮਤਲਬ ਨੌ ਤਰ੍ਹਾਂ ਦਾ ਸੱਸ ਦਾ ਰਿਸ਼ਤਾ ਤੇ ਜਵਾਈ ਦਾ ਤੇ ਸਹੁਰਿਆਂ ਦਾ ਅਸੀਂ ਇਸ ਤਰ੍ਹਾਂ ਦੇ ਰੱਖਿਆ, ਆਮ ਸੌਰੀ ਟੂ ਸੇ, ਪਰ ਮੇਰਾ ਖਿਆਲ ਰਹਿਣਾ ਚਾਹੀਦਾ ਉਹਨਾਂ ਨੂੰ। ਠੀਕ ਹੈ, ਸੋ ਤੋਂ ਪਰ ਚਲੋ ਇਹ ਗੱਲ ਹੋ ਗਈ ਵੀ ਲੈ ਲੈਣਾ ਚਾਹੀਦਾ ਕਿਉਂਕਿ ਹੈਲਪ ਮਿਲ ਰਹੀ ਹੈ ਤੇ ਕਿਉਂ ਤੁਸੀਂ ਇਹ ਸੋਚ ਰਹੇ ਹੋ, ਬਟ ਦੂਸਰੇ ਪਾਸੇ ਉਹਨਾਂ ਨੂੰ ਤੁਹਾਨੂੰ ਲੱਗਦਾ ਨਹੀਂ ਕਿ ਦੋ ਤਰ੍ਹਾਂ ਦੀ ਮੌਡਗੇਜ, ਇੱਕ ਮੌਡਗੇਜ ਵਾਪਸ ਕਰਨਗੇ, ਇੱਕ ਡਾਊਨ ਪੇਮੈਂਟ ਵਾਪਸ ਕਰਨਗੇ ਤੇ ਭਾਰ ਪੈ ਜਾਏਗਾ ਜ਼ਿਆਦਾ ਫਾਈਨੈਂਸ਼ੀਅਲ? ਦੇਖੋ ਭਾਰ ਤੇ ਇੱਥੇ ਹਰੇਕ ਚੀਜ਼ ਦਾ ਪੈਂਦਾ ਹੀ ਪੈਂਦਾ, ਔਰ ਤੁਸੀਂ ਮਤਲਬ ਉਹਨਾਂ ਇਹਨਾਂ ਆਟੋ ਦੀ ਵੇਹ ਜਾ ਕੇ ਅਸੀਂ ਕੰਮ ਕਰਦੇ ਹਾਂ, ਕਿਹੜੀ ਇੰਡੀਆ ਸ਼ਾਇਦ ਇੰਨਾ ਕੋਈ ਨਹੀਂ ਕਰਦਾ, ਉਹ ਸਾਰੇ ਖਰਚੇ ਪੂਰੇ ਕਰਨ ਵਾਸਤੇ ਕਰਦੇ ਹਾਂ ਅਸੀਂ। ਜੀ ਜੀ ਜੀ, ਸੋ ਬੜਾ ਸਹੀ ਪੁਆਇੰਟ ਆਇਆ ਡਿਸਕਸ਼ਨ ਦੇ ਵਿੱਚ ਕਿ ਖਰਚੇ ਪੂਰੇ ਕਰਨ ਵਾਸਤੇ ਅਸੀਂ ਕੰਮ ਕਰਦੇ ਹਾਂ ਔਰ ਆਪਣੇ 'ਤੇ ਕਾਫੀ ਭਾਰ ਲੈ ਲੈਂਦੇ ਹਾਂ, ਸੋ ਸਾਰਿਆਂ ਨੂੰ ਇਹ ਸਵਾਲ ਹੈ ਕਿ ਖਰਚੇ ਅਸੀਂ ਆਪਣੇ ਫਿਰ ਵਧਾਉਂਦੇ ਕਿਉਂ ਹੈ? ਇਸ ਵੇਲੇ ਦੇਖਿਆ ਜਾਏ ਜੇ ਉਹ ਆਪਣੀ ਉਹਦੀ ਹਿੰਮਤ ਨਹੀਂ ਹੈ ਲੈਣ ਦੀ, ਪਰ ਉਹ ਲੈ ਕੇ ਬੋਰੋ ਕਰਕੇ ਲੈ ਲੇਗਾ ਤੇ ਉਹ ਆਪਣੀ ਕਹਿੰਦੇ ਨਾ ਕਪੈਸਿਟੀ ਤੋਂ ਜ਼ਿਆਦਾ ਜਾ ਰਿਹਾ, ਆਪਣੀ ਚੱਦਰ ਤੋਂ ਜ਼ਿਆਦਾ ਪੈਰ ਨਹੀਂ ਫਸਾ ਰਿਹਾ? ਗੱਲ ਤੁਹਾਡੀ ਠੀਕ ਹੈ, ਲੇਕਿਨ ਇਹ ਹੈ ਕਿ ਅਸੀਂ ਆਊਟ ਆਫ ਦੀ ਵੇ ਜਾ ਕੇ ਹੋਰ ਵੀ ਸਾਰੇ ਕੰਮ ਕਰਦੇ ਹਾਂ, ਲੇਕਿਨ ਇਹ ਕੋਈ ਸਾਨੂੰ ਥੋੜ੍ਹਾ ਜਿਹਾ ਹੁਣ ਜਿਹੜੇ ਸਾਡੇ ਲਾਲਚ ਜਾਂ ਇਹੋ ਜਿਹਾ ਸਾਡੀ ਨਾ ਕੰਮ ਕਰਦੀ ਹੋਵੇ, ਸਾਡੇ ਪੈਰ ਉਹਨੇ ਵੀ ਦੇਖ ਕੇ ਪਸਾਰਨੇ ਚਾਹੀਦੇ, ਜਿੰਨਾ ਮਤਲਬ ਕਿੰਨੇ ਚਾਦਰ ਹੋਵੇ ਜੀ, ਉਹ ਠੀਕ ਹੈ, ਲੇਕਿਨ ਕਈ ਵਾਰ ਥੋੜ੍ਹਾ ਜਿਹਾ ਸਾਨੂੰ ਆਊਟ ਆਫ ਵੇ ਦੀ ਜਾਣਾ ਪਏ ਤੇ ਚਲ ਜਾਂਦੇ ਹਾਂ। ਠੀਕ ਹੈ, ਬਹੁਤ ਵਧੀਆ, ਬਹੁਤ ਵਧੀਆ ਜਸਪਾਲ ਜੀ, ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ। ਆਈ ਨੋ ਸਵਾਲ ਪੁੱਛਣ ਨੂੰ ਇੰਝ ਲੱਗਦੇ ਜਿਵੇਂ ਬੜੇ ਹੀ ਸਿੰਪਲ ਸਿੱਧਾ ਸਾਦਾ ਸਵਾਲ ਹੈ, ਪਰ ਆਫਕੋਰਸ ਬੜੀਆਂ ਸਾਰੀਆਂ ਇਮੋਸ਼ਨਲ ਚੀਜ਼ਾਂ ਕਨੈਕਟਡ ਹੈ, ਵਾਈਫ ਦਾ ਫਾਦਰ
ਉਹ ਯੂ ਨੋ ਇੰਟੈਂਸ਼ਨ ਕੀ ਹੈ ਦੈਨ ਓਵਰਆਲ ਸਾਡਾ ਬਿਲੀਫ ਸਿਸਟਮ ਜਿਵੇਂ ਜਸਪਾਲ ਜੀ ਨੇ ਧਿਆਨ ਦਵਾਇਆ ਕਿ ਸਾਡਾ ਉਹੀ ਆਨਸਰ ਸ਼ਾਇਦ ਡਿਫਰੈਂਟ ਹੋਏਗਾ ਅਗਰ ਯੂ ਨੋ ਡਿਫਰੈਂਟ ਪੇਰੈਂਟਸ ਦੋ ਸੈਟਸ ਆਫ ਵਿਆਹ ਤੋਂ ਬਾਅਦ ਦੋ ਸੈਟਸ ਆਫ ਪੇਰੈਂਟਸ ਸਾਡੇ ਹੋ ਜਾਂਦੇ ਨੇ ਪਰ ਇੱਕ ਪੇਰੈਂਟ ਕਹਿੰਦਾ ਹੈ ਅਤੇ ਅਸੀਂ ਉਹਨੂੰ ਇੰਟਰਫੇਰੈਂਸ ਨਹੀਂ ਮੰਨਦੇ ਦੂਜੇ ਨੂੰ ਕਹਿੰਦੇ ਹੈ ਅਤੇ ਉਹ ਇੰਟਰਫੇਰੈਂਸ ਮੰਨਦੇ ਹਾਂ ਸੋ ਉਹਦੇ 'ਚ ਸਾਨੂੰ ਆਪਣੇ ਮਨ ਨੂੰ ਥੋੜ੍ਹਾ ਜਿਹਾ ਯੂ ਨੋ ਇੱਕ ਸਵਾਲ ਜ਼ਰੂਰ ਬਣਦਾ ਕਿ ਸਾਡੀ ਸੋਚ ਨੂੰ ਇੱਕ ਤਰ੍ਹਾਂ ਨਾਲ ਯੂ ਨੋ ਕੁਐਸਚਨ ਕਰਦਾ ਉਹ ਪਰ ਲੈਟਸ ਸੀ ਹੋਰ ਸਾਰੇ ਕੀ ਕਹਿੰਦੇ ਨੇ ਕਿਉਂਕਿ ਇਸ ਵੇਲੇ ਅਗਰ ਉਸ ਚੀਜ਼ ਨੂੰ ਛੱਡ ਵੀ ਦਈਏ ਤਾਂ ਦੋ ਮੌਡਗੇਜਸ ਇਨ ਅਵੇ ਦੋ ਹੋ ਗਈਆਂ ਉਹ ਲੈਣ ਨੂੰ ਤਿਆਰ ਹੈ ਅਗਰ ਖੁਦ ਡਾਊਨ ਪੇਮੈਂਟ ਦੀ ਕਪੈਸਿਟੀ ਹਾਲੇ ਨਹੀਂ ਹੈ ਤਾਂ ਫਿਰ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਲੈਟਸ ਸੀ ਕੀ ਕਹਿੰਦੇ ਨੇ ਹੈਲੋ ਹਾਂਜੀ ਅਰਵਿੰਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਫੋਰ ਕਾਲਿੰਗ ਸਤਵੰਜ ਜੀ ਦੱਸੋ ਅਰਵਿੰਦ ਜੀ ਅੱਜ ਤੁਸੀਂ ਹੁਣੇ ਕਿਹਾ ਕਿ ਬਹੁਤ ਔਖੀ ਪ੍ਰਸ਼ਨ ਹੈਗਾ ਜਿੱਦਾਂ ਇਹ ਕਿਉਂਕਿ ਇਹ ਜਿਸ ਵੀ ਹਿਸਾਬ ਨਾਲ ਇਹ ਲੈ ਲੈਣਗੇ ਵੀਰ ਜੀ ਉਸ ਹਿਸਾਬ ਨਾਲ ਉੱਧਰਲੇ ਪਾਸੇ ਨੂੰ ਤੋੜਿਆ ਜਾ ਸਕਦਾ ਇਸ ਪ੍ਰਸ਼ਨ ਨੂੰ ਜੀ ਤੇ ਮਤਲਬ ਜਿਵੇਂ ਹੁਣ ਵੀਰ ਜੀ ਨੇ ਕਿਹਾ ਕਿ ਦੇਖੋ ਇਹ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਇਹ ਦੇਖਣਾ ਪੈਣਾ ਕਿ ਇਹਨਾਂ ਦਾ ਰਿਲੇਸ਼ਨਸ਼ਿਪ ਜਿੱਦਾਂ ਉਹਨਾਂ ਦੇ ਨਾਲ ਕਿਵੇਂ ਹੈਗਾ ਕਿਉਂਕਿ ਜਿਹੜੀ ਚੀਜ਼ ਵੀ ਆ ਉਹਨਾਂ ਤੋਂ ਜਿਹੜੀ ਇਹਨਾਂ ਨੇ ਐਕਸੈਪਟ ਕਰਨੀ ਆ ਉਹਨਾਂ ਦੇ ਇਸ ਰਿਸ਼ਤੇ ਤੇ ਡਿਪੈਂਡ ਕਰਦੀ ਆ ਜੇ ਇਸ ਹਿਸਾਬ ਨਾਲ ਲੈਂਦੇ ਆ ਕਿ ਇਹ ਇੰਟਰਫੀਅਰੈਂਸ ਹੈਗੀ ਆ ਤਾਂ ਫਿਰ ਡੈਫੀਨੇਟਲੀ ਹੀ ਸ਼ੁੱਡ ਨਾਟ ਟੇਕ ਇਟ ਓਕੇ ਜੇ ਇਸ ਹਿਸਾਬ ਨਾਲ ਲੈਂਦੇ ਆ ਕਿ ਮਤਲਬ ਮੇਰੇ ਹਿੱਤ ਦੀ ਗੱਲ ਕਰਦੇ ਆ ਉਹ ਜੀ ਤੇ ਮੈਂ ਦੇਖ ਲੈਣਾ ਕਿ ਮੈਨੂੰ ਰੈਂਟ 'ਚ ਕਿੰਨਾ ਮਿਲਦਾ ਤੇ ਜੇ ਮੈਂ ਘਰ ਲੈ ਲਵਾਂ ਉਸ ਦੇ ਵਿੱਚ ਮੈਨੂੰ ਕਿਸ ਦਾ ਮਤਲਬ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ ਉਸ ਹਿਸਾਬ ਨਾਲ ਲੈਣਾ ਤਾਂ ਉਹ ਉਸ ਤਰੀਕੇ ਨਾਲ ਵੀ ਸੋਚਿਆ ਜਾ ਸਕਦਾ ਠੀਕ ਹੈ ਸੋ ਇਹ ਇਹਨਾਂ ਦੇ ਉੱਤੇ ਡਿਪੈਂਡ ਕਰਦਾ ਪਰ ਹਾਂ ਡੈਫੀਨੇਟਲੀ ਇਟ ਇਜ਼ ਦ ਟੈਸਟ ਆਫ ਹਿਸ ਗਟਸ ਜੋ ਵੀ ਇਹਨਾਂ ਦਾ ਆਪਣਾ ਅੰਦਰੋਂ ਮਨ ਮੰਨਦਾ ਆਪਣੀ ਵਾਈਫ ਨਾਲ ਗੱਲ ਕਰਕੇ ਉਹ ਉਹਨਾਂ ਨੂੰ ਪੂਰੇ ਪਹਿਰ ਦੇ ਨਾਲ ਉਹਨਾਂ ਨੂੰ ਕਹਿ ਦੇਣ ਜੇ ਨਹੀਂ ਲੈਣਾ ਮੰਗਦੇ ਕਹਿਣੇ ਪਿਤਾ ਜੀ ਮਾਤਾ ਜੀ ਤੁਸੀਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਡੇ ਹਿੱਤ ਲਈ ਸੋਚਦੇ ਆ ਪਰ ਇਸ ਵੇਲੇ ਅਸੀਂ ਅਜੇ ਨਹੀਂ ਚਾਹੁੰਦੇ ਕਿ ਅਸੀਂ ਇਸ ਪਾਸੇ ਜਾਈਏ ਅਸੀਂ ਥੋੜੇ ਪੈਸੇ ਇਕੱਠੇ ਕਰਕੇ ਬਾਅਦ ਵਿੱਚ ਅਸੀਂ ਲੈ ਲਵਾਂਗੇ ਤੁਹਾਡੇ ਆਸ਼ੀਰਵਾਦ ਲਵਾਂਗੇ ਜੀ ਅਗਰ ਲੈਣਾ ਚਾਹੁੰਦੇ ਆ ਤਾਂ ਫਿਰ ਉਹਨਾਂ ਦਾ ਧੰਨਵਾਦ ਕਰਕੇ ਉਹਨਾਂ ਦੀ ਹੈਲਪ ਲੈ ਲੈਣ ਦੇ ਇਟਸ ਨਥਿੰਗ ਰੋਂਗ ਵਿਦ ਇਟ ਨੂੰ ਇੰਨਾ ਕੰਪਲਿਕੇਟਡ ਇਸ਼ੂ ਨਾ ਬਣਾਉਣ ਹਾਂ ਪਰ ਉਹ ਤੁਹਾਡੀ ਗੱਲ ਤੋਂ ਇਹ ਵੀ ਬਹੁਤ ਸਹੀ ਧਿਆਨ ਆਉਂਦਾ ਕਿ ਦੋਨੋਂ ਹਸਬੰਡ ਵਾਈਫ ਇੱਕ ਪੇਜ ਤੇ ਹੋਣੇ ਬੜੇ ਜ਼ਰੂਰੀ ਹੈ ਇਸ ਗੱਲ 'ਚ ਸਵਾਗਤ ਹੈ ਦੱਸੋ ਕੀ ਕਹਿੰਦੇ ਹੋ ਮੈਂ ਇਸ ਗੱਲ ਦੇ ਹੱਕ ਵਿੱਚ ਆ ਕੇ ਬੇਟੇ ਨੂੰ ਹੈਲਪ ਨਹੀਂ ਲੈਣੀ ਚਾਹੀਦੀ ਜੀ ਅੱਛਾ ਜੀ ਉਹ ਇਸ ਕਰਕੇ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ 8 ਮਹੀਨੇ ਉਹ ਆਪਣੇ ਇਨ-ਲੌਸ ਦੇ ਕੋਲ ਰਿਹਾ ਵਾ ਤੇ ਬੇਟੇ ਨੂੰ ਆਏ ਨੇ ਅਜੇ ਤਕਰੀਬਨ 2.5 ਸਾਲ ਹੋਏ ਨੇ ਹਾਂਜੀ ਸੋ ਜਿਹੜਾ 8 ਮਹੀਨੇ ਵਿੱਚ ਉਹਨੇ ਬੱਚੇ ਨੇ ਸੇਵਿੰਗ ਕੀਤੀ ਆ ਇਹਦਾ ਮਤਲਬ ਕਿ ਉਸ ਬੱਚੇ ਦੀ ਨੇਚਰ ਜਿਹੜੀ ਆ ਜ਼ਿਆਦਾ ਫਜ਼ੂਲ ਖਰਚੀ ਵਾਲੀ ਨਹੀਂ ਹੈਗੀ ਤੇ ਉਹ 2 ਸਾਲ ਵੀ ਬਹੁਤ ਲੰਮਾ ਸਮਾਂ ਨਹੀਂ ਹੁੰਦਾ ਤੇ ਕਈ ਲੋਕ ਇੱਥੇ ਆ ਕੇ 8-8, 10-10 ਸਾਲ ਤੱਕ ਘਰ ਨਹੀਂ ਲੈ ਸਕਦੇ ਸੋ ਉਹਨੂੰ ਵੇਟ ਕਰਨੀ ਚਾਹੀਦੀ ਆ ਮੇਰੇ ਖਿਆਲ ਨਾਲ ਉਹ ਆਪਣੀ ਇੰਨੀ ਕੁ ਸੇਵਿੰਗ ਕਰ ਲੇਗਾ ਕਿ ਉਹ ਆਪਣੇ ਦਮ ਤੇ ਲਾ ਲੇਗਾ ਜੀ 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 ਬਹੁਤ ਵਧੀਆ ਕਿਉਂਕਿ ਬੱਚੇ ਜ਼ਿਆਦਾਤਰ ਇੱਥੇ ਆਉਂਦੇ ਆ ਇੰਨਾ ਇੱਥੇ ਇੰਨਾ ਐਕਸਪੋਜ਼ਰ ਹੁੰਦਾ ਵਾ ਉਹ ਆਪਣੇ ਇੰਨੀ ਫਜ਼ੂਲ ਖਰਚੀ ਕਰਦੇ ਆ ਕਿ ਉਹ ਪੈਸੇ ਜੋੜਦੇ ਨੇ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਸੇਵਿੰਗ ਕਰ ਰਿਹਾ ਵਾ ਸੋ ਆਈ ਥਿੰਕ ਕਿ ਉਹਨੂੰ ਹੈਲਪ ਨਹੀਂ ਲੈਣੀ ਚਾਹੀਦੀ ਤੇ 40,000 ਕੋਈ ਬਹੁਤ ਵੱਡਾ ਅਮਾਊਂਟ ਨਹੀਂ ਹੁੰਦਾ ਛੋਟੇ ਬੱਚੇ ਦਾ ਖਰਚਾ ਘਰ ਦਾ ਖਰਚਾ ਸੋ ਉਹਨੂੰ ਮੇਰੇ ਮੁਤਾਬਕ ਵੇਟ ਕਰਨੀ ਚਾਹੀਦੀ ਹੈ ਜੀ ਬਹੁਤ ਵਧੀਆ ਨੀਨਾ ਜੀ ਥੈਂਕ ਯੂ ਸੋ ਮਚ ਸੋ ਜਿਸ ਤਰ੍ਹਾਂ ਇਹ ਅਸੈਸ ਕਰ ਰਹੇ ਨੇ ਕਿ ਬਈ ਬੱਚਾ ਆਪਣੀ ਹਿੰਮਤ ਤੇ ਲੈ ਲੇਗਾ ਅਗਰ ਇੰਤਜ਼ਾਰ ਕਰੇ ਰਾਧਾ ਮੈਨੂੰ ਲੱਗਦਾ ਕਿ ਜਵਾਨ ਹੈਗੇ ਨੇ ਕਲਚਰ ਡਿਫਰੈਂਸ ਵੀ ਹੈ ਇੱਕ ਆਈ ਥਿੰਕ ਓਲਡਰ ਜਨਰੇਸ਼ਨ ਦੇ ਵਿੱਚ ਘਰ ਨੂੰ ਲੈ ਲੈਣਾ ਇੱਕ ਬੜੀ ਵੱਡੀ ਅਚੀਵਮੈਂਟ ਸਮਝਦੇ ਆ ਇਹ ਜਿਹੜੀ ਯੰਗਰ ਜਨਰੇਸ਼ਨ ਹੈ ਨਾ ਉਹ ਪੋਜੈਸ਼ਨਸ ਨੂੰ ਕਿ ਘਰ ਲੈ ਲਓ ਕਾਰ ਲੈ ਲਓ ਇਹਨੂੰ ਇੰਨਾ ਵੱਡੀ ਅਚੀਵਮੈਂਟ ਨਹੀਂ ਸਮਝ ਰਹੇ ਹੁਣ ਕਿਉਂਕਿ ਉਹਨਾਂ ਨਾਲ ਕਹਿੰਦੇ ਆ ਨਾ ਕਿ ਬੰਦਿਸ਼ਾਂ ਵੀ ਜ਼ਿਆਦਾ ਇੱਕ ਜਗ੍ਹਾ 'ਤੇ ਤੁਹਾਨੂੰ ਟਿਕਣਾ ਪੈਂਦਾ ਹੈ ਜੋਬਸ ਨਾਲ ਤੁਸੀਂ ਸਿਟੀ ਵਗੈਰਾ ਨਹੀਂ ਚੇਂਜ ਕਰ ਸਕਦੇ ਸੋ ਆਪਣੇ ਆਪ ਨੂੰ ਫਰੀ ਰੱਖਣ ਵਾਸਤੇ ਵੀ ਅੱਜ ਕੱਲ੍ਹ ਦੀ ਜਨਰੇਸ਼ਨ ਇਹਨਾਂ ਟਾਈਜ਼ ਨਾਲ ਘੱਟ ਜੁੜ ਰਹੀ ਹੈ ਬਟ ਦੈਟਸ ਅਨਦਰ ਥਿੰਗ ਕਿ ਉਹ ਡਿਫਰੈਂਸ ਵੀ ਹੋ ਸਕਦਾ ਪ੍ਰਾਇਰਟੀਜ਼ ਦੇ ਵਿੱਚ ਲੈਟਸ ਸੀ ਹੋਰ ਕੀ ਕਹਿ ਰਹੇ ਨੇ ਹੈਲੋ ਹੈਲੋ ਹਾਂਜੀ ਰਵਿੰਦਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਨਸੀਬ ਜੀ ਦੱਸੋ ਮੈਂ ਤਾਂ ਇਹ ਕਹਿੰਦੀ ਹਾਂ ਕਿਉਂਕਿ ਹਰਜ ਨਹੀਂ ਜੇ ਵੇਖੋ ਲੋਕੀ ਤਾਂ ਦਾਜ ਮੰਗਦੇ ਆ
ਹੋਰ ਵੇਖੇ ਮੁੰਡਾ ਕਿੱਦਾਂ ਸਿਆਣਾ ਜਿਹੜਾ ਕਹਿੰਦਾ ਮੈਂ ਧਾਰੇ ਪੈਸੇ ਨੀ ਲੈਣੇ ਹਨਾ ਤੇ ਇੰਡੀਆ ਕਹਿੰਦੇ ਸਾਨੂੰ ਦਾਜ ਦਿਓ ਤੂੰ ਲਿਆ ਹੋਰ ਕੁੜੀ ਨੂੰ ਕਹਿੰਦੇ ਆ ਤੇ ਪਰ ਇਹ ਕੁੜੀ ਨਾਲ ਰਾਇ ਕਰਕੇ ਨਾ ਤੇ ਥੋੜੀ ਬਹੁਤ ਹੈਲਪ ਲੈ ਲਵੇ ਕੋਈ ਹਰਜ ਨੀ ਅੱਛਾ ਇਹ ਹਰਜ ਮਤਲਬ ਇਹ ਸੋਚ ਲਵੇ ਦਿਮਾਗ ਚ ਵੀ ਜਦੋਂ ਮੈਂ ਕਹਿ ਦੇਵੇ ਵੀ ਦੋ ਤਿੰਨ ਸਾਲ ਦਾ ਵਾਅਦਾ ਕਰਦਾ ਤੇ ਵੀ ਤੁਸੀਂ ਕੁੜੀ ਨਾਲ ਵੀ ਗੱਲ ਕਰ ਲਓ ਕੋਲੇ ਬਿਠਾ ਕੇ ਵੀ ਕੁੜੀ ਸ਼ਾਇਦ ਕੰਮ ਲੱਗ ਜੂ ਦੋ ਸਾਲਾਂ ਤਿੰਨਾਂ ਨੂੰ ਉਹ ਪੈਸੇ ਸਾਈਡ ਤੇ ਕੁੜੀ ਵਾਲੇ ਜਿਹੜੇ ਉਹ ਆਪਣੇ ਮਾਂ ਪਿਓ ਦੇ ਮੋੜੀ ਜਾਓ ਖੁਦ ਖਰਚਾ ਪਹਿਲੇ ਕਰ ਲੋ ਥੋੜਾ ਬਹੁਤਾ ਕਿਰਾਇਆ ਦਿੰਦੇ ਬਾਕੀ ਥੋੜਾ ਜਿਹਾ ਹੋਰ ਪਾ ਕੇ ਕਿਸ਼ਤ ਬਣ ਜੂ ਘਰ ਦੀ ਹਾਂਜੀ ਹਾਂਜੀ ਤੇ ਵੱਡਾ ਨਾ ਲਵੇ ਮੁੰਡਾ ਛੋਟਾ ਲਵੇ ਜੇ ਉਹ ਕਵੇ ਮੰਮੀ ਡੈਡੀ ਤੁਸੀਂ ਮੇਰਾ ਫਾਦਰ ਇਨ ਲਾ ਨੂੰ ਕਵੇ ਕਿ ਤੁਸੀਂ ਹੈਲਪ ਕਰਦੇ ਆ ਨਾ ਕਰਨੀ ਚਾਹੁੰਦੇ ਆ ਤੇ ਮੈਂ ਤੁਹਾਡੇ ਜ਼ਰੂਰ ਮੋੜੂੰਗਾ ਕਿਸੇ ਹਾਲਤ ਮੋੜਾ ਵੀ ਮੈਂ ਕੋਸ਼ਿਸ਼ ਬਹੁਤ ਕਰੂੰਗਾ ਵੀ ਨਾਲ ਦੀ ਨਾਲ ਤੇ ਤੁਸੀਂ ਵੀ ਹੈਲਪ ਕਰ ਦਿਓ ਤੇ ਮੈਂ ਮੋੜੂੰਗਾ ਬਸ ਐਂ ਕਹਿ ਦੇ ਤੇ ਮੋੜੂਗਾ ਵੀ ਜ਼ਰੂਰ ਮੈਨੂੰ ਲੱਗਦਾ ਜੀ 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 ਬਿਲਕੁਲ ਬਿਲਕੁਲ ਆਫਕੋਰਸ ਜਿਹੜਾ ਲੈਣ ਨੂੰ ਹੀ ਤਿਆਰ ਨਹੀਂ ਹੈ ਉਹ ਜ਼ਰੂਰ ਜੀ ਠੀਕ ਹੈ ਬਹੁਤ ਵਧੀਆ ਨਸੀਬ ਜੀ ਕੁੜੀ ਖੁਸ਼ ਆ ਕੁੜੀ ਨੂੰ ਪੁੱਛੇ ਪਹਿਲਾਂ ਵੀ ਮੈਂ ਲੈ ਲਾਂ ਕੁੜੀ ਦੀ ਗੱਲ ਪੁੱਛੇ ਪਹਿਲਾਂ ਕੁੜੀ ਹੀ ਕਹਿ ਰਹੀ ਹੈ ਯਾ ਠੀਕ ਹੈ ਕੁੜੀ ਅੱਜ ਕਹਿ ਰਹੀ ਵੀ ਲੈ ਲਈਏ ਘਰ ਫਿਰ ਕੋਈ ਵੱਡੀ ਗੱਲ ਨਹੀਂ ਮਾਂ ਪਿਓ ਮਤ ਕਰਦੇ ਆਏ ਆ ਭੈਣ ਭਰਾ ਇੱਕ ਦੂਜੇ ਦਾ ਕਰਦੇ ਆਏ ਆ ਇੱਕ ਇਹਨਾਂ ਦਾ ਘਰ ਬਣ ਜੂਗਾ ਚੀਜ਼ ਬਣ ਜੂ ਕਿ ਕਈ ਵਾਰ ਮਹਿੰਗਾ ਵੀ ਗਾਹ ਨੂੰ ਹੋ ਸਕਦਾ ਤੇ ਕੋਈ ਗੱਲ ਨਹੀਂ ਥੋੜੇ ਛੋਟਾ ਲਵੇ ਹਜੇ ਥੋੜਾ ਜਿਹਾ ਬਹੁਤ ਵਧੀਆ ਨਸੀਬ ਜੀ ਬੜੀ ਵਧੀਆ ਗੱਲ ਹੈ ਕਿ ਉਹੀ ਕਿ ਮੋਸਟਲੀ ਤੁਸੀਂ ਆਪਣੀ ਕਮਿਊਨਿਟੀਜ਼ ਦੇ ਵਿੱਚ ਦੇਖੋ ਜਿਨ੍ਹਾਂ ਦੇ ਭੈਣ ਭਰਾ ਇੱਥੇ ਹੈ ਪੇਰੈਂਟਸ ਪਹਿਲੇ ਉੱਥੇ ਹੁੰਦੇ ਆ ਸਭ ਨੇ ਕੋਈ ਨਾ ਕੋਈ ਦੂਸਰੇ ਦੀ ਹੈਲਪ ਕੀਤੀ ਪਰ ਉਹਦੇ 'ਚ ਕੋਈ ਇਹੋ ਜਿਹੀ ਥੋਟਸ ਨਹੀਂ ਆਈਆਂ ਆਈ ਲਾਈਕ ਵਟ ਸਤਵੰਤ ਜੀ ਸੈਡ ਕਿ ਜੇ ਤੁਹਾਡੇ ਮਨ ਨੂੰ ਲੱਗਦਾ ਕਿ ਉਹ ਇੰਟਰਫੇਰੈਂਸ ਹੈ ਜਾਂ ਉਹ ਉਹਨਾਂ ਦੀ ਇੰਟੈਂਸ਼ਨ ਤੁਹਾਨੂੰ ਲੱਗਦਾ ਕਿ ਕੁਛ ਹੋਰ ਹੈ ਕਿ ਯੂ ਨੋ ਕੰਟਰੋਲ ਕਰ ਰਹੇ ਹੋ ਫਿਰ ਬਿਲਕੁਲ ਨਾ ਲਓ ਪਰ ਵੈਸੇ ਅਗਰ ਲੈਂਦੇ ਹੋ ਤਾਂ ਕਿਉਂਕਿ ਇੰਝ ਹੀ ਘਰ ਬਣਦੇ ਨੇ ਇੰਝ ਹੀ ਤੁਸੀਂ ਸਟੇਬਲ ਹੁੰਦੇ ਹੋ ਕਿ ਆਪਣੇ ਆਪ ਕਰੋਗੇ ਪਤਾ ਨਹੀਂ ਕਿੰਨੀ ਦੇਰ ਲੱਗ ਜਾਏਗੀ ਉਨੀ ਦੇਰ 'ਚ ਜਿਵੇਂ ਨਸੀਬ ਜੀ ਨੇ ਕਿਹਾ ਹੋਰ ਮਹਿੰਗਾਈ ਆ ਜਾਣੀ ਹੋਰ ਹੋ ਜਾਣੇ ਸੋ ਜਿਸ ਤਰ੍ਹਾਂ ਪਹਿਲੇ ਵੀ ਸੋਚਦੇ ਸੀ ਹੁਣ ਵੀ ਸੋਚਦੇ ਹਾਂ ਵੀ ਕਿਰਾਇਆ ਤਾਂ ਖੂਹ 'ਚ ਹੀ ਜਾਣਾ ਸੋ ਉਹਦੇ ਵਿੱਚ ਕੋਈ ਹਰਜ ਨਹੀਂ ਪਰ ਇਟਸ ਆਲ ਹੀਅਰ ਵਟ ਡੂ ਯੂ ਥਿੰਕ ਆਪਣੇ ਮਨ ਵਿੱਚ ਤੁਹਾਡੇ ਕੀ ਹੈ ਲੈਟ ਮੀ ਟੇਕ ਅਨਦਰ ਕਾਲ ਬਿਫੋਰ ਗੋਇੰਗ ਔਨ ਅ ਬ੍ਰੇਕ ਹੈਲੋ ਹਾਂਜੀ ਅਰਵਿੰਦ ਜੀ ਮੈਨੂੰ ਇੱਕ ਗੱਲ ਹੋਰ ਖਿਆਲ ਆਈ ਹੈ ਦੱਸੋ ਸੁਦਰਸ਼ਨ ਜੀ ਪਿਛਲੇ ਹਫਤੇ ਕਿਸੇ ਨਾਲ ਮੁਲਾਕਾਤ ਹੋਈ ਜੀ ਉਹਦੀ ਬੇਟੀ ਦਾ ਆਪਣਾ ਮਕਾਨ ਸੀਗਾ ਤੇ ਉਹ ਇੱਕ ਮਕਾਨ ਵੇਚ ਕੇ ਦੂਜਾ ਮਕਾਨ ਲੈ ਰਹੀ ਸੀ ਠੀਕ ਹੈ ਪਹਿਲਾ ਮਕਾਨ ਵਿੱਚ ਨਹੀਂ ਸੀ ਵਿਕਿਆ ਤੇ ਦੂਜੇ ਵਾਸਤੇ ਥੋੜੀ ਜਿਹੀ ਅਮਾਉਂਟ ਚਾਹੀਦੀ ਸੀ ਉਹਨੇ ਆਪਣੇ ਫਾਦਰ ਨੂੰ ਅਪਰੋਚ ਕੀਤਾ ਜੀ ਤੇ ਉਹਦੇ ਫਾਦਰ ਨੇ ਕਿਹਾ ਕਿ ਠੀਕ ਹੈ ਪਰ ਇਹ ਜਿਹੜੀ ਮੈਂ ਤੈਨੂੰ ਦੇ ਰਿਹਾ ਵਾਂ ਮੈਂ ਇਹ ਸੋਚ ਕੇ ਦੇ ਰਿਹਾ ਕਿ ਮੈਂ ਅੱਜ ਕੋਲ 10 ਸਾਲ ਬਾਅਦ ਤੈਨੂੰ ਦਵਾਂ ਜਦ ਮੈਂ ਮਰਨ ਦੇ ਬਾਅਦ ਦਵਾਂ ਤਾਂ ਮੈਨੂੰ ਕੀ ਫਾਇਦਾ ਤੇ ਯੂ ਕੈਨ ਯੂਜ਼ ਦਿਸ ਮਨੀ ਨੋ ਰਿਟਰਨ ਪਰ ਉਹ ਲੋਨ ਨਹੀਂ ਹੁੰਦਾ ਨਾ ਉਹ ਬੋਰੋ ਨਹੀਂ ਕੀਤਾ ਉਹ ਉਹਨਾਂ ਨੇ ਗਿਫਟ ਕਰਤਾ ਉਹਨਾਂ ਗਿਫਟ ਮੈਂ ਆ ਰਹੀ ਹਾਂ ਉਸ ਸਵਾਲ ਤੇ ਆ ਰਹੀ ਹਾਂ ਹਾਂਜੀ ਹਾਂਜੀ ਇਹਦੇ ਪੇਰੈਂਟਸ ਕੋਲੋਂ ਲੜਕੀ ਦੇ ਪੇਰੈਂਟਸ ਕੋਲੋਂ ਅਗਰ ਇੰਨੀ ਸਰਪਲਸ ਪੈਸਾ ਹੈ ਤੇ ਉਹ ਕਹਿ ਸਕ ਉਹਨਾਂ ਨੇ ਬਾਅਦ ਚ ਅਗਰ ਬੱਚੇ ਨੂੰ ਦੇਣਾ ਅਗਰ ਉਹਨਾਂ ਦੇ 2 ਜਾਂ 3 ਬੱਚੇ ਨੇ ਵੰਡਨੇ ਆ ਪੈਸੇ ਤੇ ਉਹ ਉਹਨੂੰ ਹੁਣ ਦੇ ਦੇਣ ਕਿ ਇਟਸ ਨਾਟ ਰਿਟਰਨੇਬਲ ਦਿਸ ਇਜ਼ ਪਾਰਟ ਆਫ ਆਵਰ ਡੋਰੀ অর ਵਾਟਐਵਰ ਦਿਸ ਇਜ਼ ਦ ਗਿਫਟ ਬਿਲਕੁਲ ਸਹੀ ਕਹਿ ਰਹੇ ਹੋ ਸੁਦਰਸ਼ਨ ਜੀ ਪਰ ਉਹ ਥਾਟ ਪੇਰੈਂਟਸ ਦਾ ਹੈ ਇਹ ਅਗਰ ਮੰਗੇਗਾ ਇਟ ਵਿਲ ਬੀ ਟੇਕਨ ਰੋਂਗ ਵੇ ਹਾਂ ਅਗਰ ਉਹ ਕਹਿੰਦਾ ਕਿ ਬੋਰੋ ਨਹੀਂ ਮੈਂ ਤੁਸੀਂ ਅਗਰ ਗਿਫਟ ਦੇ ਰਹੇ ਹੋ ਫਿਰ ਠੀਕ ਹੈ ਦੈਟ ਵਿਲ ਬੀ ਟੇਕਨ ਇਹ ਨਹੀਂ ਕਹਿ ਸਕਦਾ ਹਾਂਜੀ ਬਿਲਕੁਲ ਪੇਰੈਂਟਸ ਕਿਉਂ ਨਹੀਂ ਸੋਚਦੇ ਜਿਸ ਤਰ੍ਹਾਂ ਦੇ ਮੈਂ ਤੁਹਾਨੂੰ ਉਦਾਹਰਣ ਦਿੱਤਾ ਕੁਝ ਫਾਦਰ ਨੇ ਖੁਦ ਸੋਚਿਆ ਹਾਂ ਬਿਲਕੁਲ ਬਿਲਕੁਲ ਜਿਲਾ ਇਹ ਤੇ ਉਦਾਹਰਣ ਨਹੀਂ ਹੈ ਤੇ ਮੈਂ ਤਾਂ ਅੱਜ ਕੱਲ 10 ਸਾਲ ਬਾਅਦ ਵੀ ਦੇਣੇ ਸਨ ਤਾਂ ਮੈਂ ਹੁਣ ਵੀ ਦੇ ਰਿਹਾ ਮੈਂ ਵੰਡ ਦਿੱਤੇ ਤੇਰੇ ਪੈਸੇ ਤੇਰੇ ਕੋਲ ਆ ਗਏ ਉਹਨਾਂ ਦੇ ਵੀ ਤਾਂ ਹੋਣਗੇ ਕੁਝ ਬੱਚੇ ਹੋਣਗੇ ਜਿਨ੍ਹਾਂ ਨੂੰ ਆਪਣਾ ਛੱਡ ਕੇ ਜਾਣਗੇ ਤੇ ਹੁਣ ਦੇ ਦੇਣ ਇਹ ਬੱਚਾ ਕਿਉਂ ਮੰਗੇ ਇਹਨੂੰ ਮੰਗਣ ਦੀ ਜ਼ਰੂਰਤ ਨਹੀਂ ਹੈ ਬਿਲਕੁਲ ਦੂਸਰਾ ਮਕਾਨ ਦਾ ਵਾਕਈ ਸਾਡੀ ਜਿਹੜੀ ਜਨਰੇਸ਼ਨ ਹੈ ਨਾ ਉਹਨੂੰ ਬਹੁਤ ਸਾਲੇ ਕੇ ਘਰ ਲੈ ਲਓ ਕਰ ਲੈ ਲਓ ਕਰ ਲੈ ਬੱਚੇ ਇੱਥੇ ਆਪਣਾ ਸਾਡ ਮੇਰੇ ਬੇਟੇ ਨੇ ਸਾਰੇ ਆਪਣੇ ਸੈਲਫ ਮੇਡ ਨੇ ਮੇਰੇ ਹਸਬੰਡ ਦੀ ਤੁਹਾਨੂੰ ਪਤਾ ਡੈਥ ਹੋ ਚੁੱਕੀ ਸੀ ਕੁਛ ਅਸੀਂ ਕੁਛ ਮੈਂ ਕਿਸੇ ਨੂੰ ਨਹੀਂ ਦਿੱਤਾ ਲੇਕਿਨ ਤਿੰਨੋਂ ਸੈਲਫ ਮੇਡ ਤਿੰਨਾਂ ਨੇ ਆਪਣੇ ਘਰ ਬੜੇ ਸੋਹਣੇ ਬਣਾਏ ਨੇ ਆਪਣੇ ਕਾਬਲੀਅਤ ਤੇ ਬਣਾਏ ਨੇ ਕਿਸੇ ਕੋਲੋਂ ਕੁਛ ਨਹੀਂ ਲਿਆ ਲੇਕਿਨ ਟਾਈਮ ਲੈ ਕੇ ਹਾਂ ਟਾਈਮ ਲੈ ਕੇ ਸੋ ਆਪਣਾ ਟਾਈਮ ਲਵੇ ਉਹਨਾਂ ਦੇ ਪ੍ਰੈਸ਼ਰ ਚ ਨਾ ਆਵੇ ਉਹਨਾਂ ਵਾਸਤੇ ਮੈਂ ਕਹਿ ਰਹੀ ਹਾਂ ਅਗਰ ਉਹ ਸੁਣ ਰਹੇ ਨੇ ਵੀ ਅਗਰ ਐਡੇ ਦਿਲੇਰ ਹੋ ਤਾਂ ਦੇ ਦਿਓ ਰਾਈਟ ਠੀਕ ਹੈ ਨਹੀਂ ਬਹੁਤ ਹੋਰ ਵੀ ਕੋਈ ਸੋਚ ਰਹੇ ਹੁੰਦੇ ਆ ਤੇ ਕੰਪਲਿਕੇਟ ਕਰਨ ਨਾਲੋਂ ਮਨੀ ਵੈਸੇ ਵੀ ਆਈ ਥਿੰਕ ਮਨੀ ਤੋਂ ਜ਼ਿਆਦਾ ਹੋਰ ਕੋਈ ਚੀਜ਼ ਨਹੀਂ ਜਿਹੜੀ ਕਿ ਰਿਸ਼ਤੇਦਾਰੀ ਦੇ ਵਿੱਚ ਨਾ ਆ ਜਾਏ ਮੈਨੂੰ ਇੰਝ ਲੱਗਦਾ ਅਤੇ ਉਹ ਨਹੀਂ ਆਉਣੀ ਚਾਹੀਦੀ
ਜਿੰਨਾ ਮਰਜ਼ੀ ਕਲੋਜ਼ ਰਿਸ਼ਤਾ ਹੋਏ ਮਨੀ ਵਿੱਚ ਨਹੀਂ ਆਉਣੀ ਚਾਹੀਦੀ। ਪਰ ਉਹੀ ਬੋਰੋ ਕਹਿੰਦੇ ਨਾ, ਨੀਦਰ ਦਾ ਬੋਰੋ ਨੋਟ ਦਾ ਲੈਂਡਰ, ਉਹ ਮੇਰਾ ਤਾਂ ਜ਼ਿੰਦਗੀ ਦਾ ਬੜਾ ਹਾਈਲਾਈਟਡ ਪ੍ਰਿੰਸੀਪਲ ਹੈਗਾ। ਬਟ ਅਗਰ ਤੁਹਾਨੂੰ ਦੇਣਾ ਹੈ ਜ਼ਰੂਰ ਦਿਵੋ, ਇਹਦੇ 'ਚ ਇਹ ਮਤਲਬ ਨਹੀਂ ਕਿ ਮੈਂ ਕਦੀ ਇਸ ਨੂੰ ਦਿੰਦੀ ਨਹੀਂ। ਪਰ ਜਦੋਂ ਦੇਤਾ ਫਿਰ ਸੋਚੋ ਕਿ ਬਸ ਕੋਈ ਨਹੀਂ, ਉਹਨੂੰ ਚਾਹੀਦਾ ਸੀ। ਅਗਰ ਤੁਹਾਡਾ ਦੇ ਸਕਦੇ ਹੋ ਤਾਂ ਦੇਤਾ, ਤਾਂ ਫਿਰ ਭੁੱਲ ਜਾਓ, ਆ ਗਿਆ ਵਾਪਸ ਤਾਂ ਇਟਸ ਓਕੇ, ਬਟ ਦੈਨ ਯੂ ਕੈਨ ਜਸਟ ਗਿਵ ਇਟ ਐਜ਼ ਅ ਗਿਫਟ ਰਾਦਰ ਦੈਨ ਕਿ ਹਾਂ ਮੈਂ ਦਿੱਤਾ ਔਰ ਫਿਰ ਵਾਪਸ ਲੈਣਾ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ। ਬਿਫੋਰ ਆਈ ਟੇਕ ਮੋਰ ਕਾਲਸ, ਜ਼ਰੂਰ ਯਾਦ ਕਰਾ ਦਾਂ ਕੱਲ੍ਹ ਅਸੀਂ ਜਸਲੀਨ ਕੌਰ ਨਾਲ ਦੁਬਾਰਾ ਬੈਠਾਂਗੇ, ਔਰ ਵੱਡੇ ਬੱਚੇ ਜਿਹੜੇ ਉਹਨਾਂ ਦੀ ਯੂ ਨੋ 21 ਸਾਲ ਤੱਕ ਅਡਲਟਸ ਜਿਵੇਂ ਲਰਨਿੰਗ ਡਿਸਬਿਲਿਟੀਜ਼ ਜਿਹੜੀ ਆਈਡੈਂਟੀਫਾਈ ਨਹੀਂ ਹੁੰਦੀਆਂ, ਡਾਇਗਨੋਜ਼ ਨਹੀਂ ਹੁੰਦੀਆਂ, ਉਹਨਾਂ ਨਾਲ ਕਿਸ ਤਰ੍ਹਾਂ ਡੀਲ ਕਰਨਾ, ਕੀ ਕਰਨਾ, ਉਹ ਉਹਨਾਂ ਨੂੰ ਬਿਠਾ ਕੇ ਇੱਥੇ ਪੁੱਛਾਂਗੇ। ਸੋ ਜ਼ਰੂਰ ਟਿਊਨ ਇਨ ਕਰਨਾ। ਅੱਜ ਵਾਸਤੇ ਪਹਿਲੇ ਮੈਂ ਇੱਕ ਮੈਸੇਜ ਪੜ੍ਹ ਦਿੰਦੀ ਹਾਂ ਫੇਸਬੁੱਕ ਪੇਜ ਦੇ ਉੱਤੇ ਜਿਹੜਾ ਆਇਆ ਦੀਪ ਲਸ਼ਰ ਜੀ ਦਾ। ਉਹ ਕਹਿੰਦੇ ਨੇ ਕਿ ਅਸੀਂ ਆਪਣਾ ਘਰ ਲੈਂਦੇ ਹਾਂ, ਕੋਈ ਪੀਸਫੁਲ ਪਲੇਸ ਹੋਵੇ ਨਾਲ ਆਪਣੀ ਓਨਰਸ਼ਿਪ ਦੀ ਪ੍ਰਾਊਡ ਫੀਲਿੰਗ ਵਾਸਤੇ, ਆਪਣੀ ਅਤੇ ਫੈਮਿਲੀ ਦੀ ਲਾਈਫ ਨੂੰ ਈਜ਼ੀ ਕਰਨ ਵਾਸਤੇ, ਫੈਮਿਲੀ ਟਾਈਮ ਇੰਜੋਏ ਕਰਨ ਲਈ। ਅਗਰ ਅਸੀਂ ਅਫੋਰਡ ਕਰਨ ਦੀ ਸਿਚੁਏਸ਼ਨ ਵਿੱਚ ਫਿਲਹਾਲ ਨਹੀਂ ਹਾਂ ਤਾਂ ਰੁਕ ਜਾਣਾ ਚਾਹੀਦਾ। ਨਾਲ ਹੀ ਉਹ ਇਹ ਵੀ ਕਹਿ ਰਹੇ ਨੇ ਕਿ ਉਹ ਘਰ ਦਾ ਕੋਈ ਫਾਇਦਾ ਨਹੀਂ ਜਿਸ ਦੀ ਪੇਮੈਂਟ ਦੇਣ ਲਈ ਤੁਸੀਂ ਦਿਨ ਰਾਤ ਬਾਹਰ ਕੰਮ ਕਰੋ। ਵੀ ਘਰ ਤਾਂ ਲੈ ਲਿਆ ਪਰ ਤੁਹਾਨੂੰ ਇੰਨਾ ਡਬਲ ਕੰਮ ਕਰਨਾ ਪੈ ਰਿਹਾ ਔਰ ਤੁਸੀਂ ਆਪਣੀ ਫੈਮਿਲੀ ਨੂੰ ਨਹੀਂ ਦੇਖ ਪਾ ਰਹੇ ਕਿਉਂਕਿ ਤੁਸੀਂ ਉਹਦੀ ਜਿਹੜੀ ਹੈ ਬਿਲਸ ਨੂੰ ਉਹ ਕਰ ਰਹੇ ਹੋ। ਸੋ ਕਹਿੰਦੇ ਜੇ ਅਫੋਰਡ ਨਹੀਂ ਕਰ ਸਕਦੇ ਤਾਂ ਰੁਕ ਜਾਣਾ ਚਾਹੀਦਾ। ਐਂਡ ਕਿਉਂਕਿ ਘਰ ਦਾ ਮਕਸਦ ਸਮਝੀਏ ਕਿ ਘਰ ਕਿਉਂ ਲੈਂਦੇ ਹਾਂ ਅਸੀਂ। ਘਰ ਲੈਂਦੇ ਹਾਂ ਕਿ ਸਾਡੇ ਕੋਲ ਇੱਕ ਆਪਣੀ ਜਗ੍ਹਾ ਹੈ, ਇੱਕ ਪ੍ਰਾਊਡ ਫੀਲਿੰਗ ਹੈ ਕਿ ਅਸੀਂ ਲੈ ਲਈ ਹੈ, ਨਾਲੇ ਕੋਈ ਸਮਾਂ ਅੱਛਾ ਬਤਾਈਏ। ਅਤੇ ਉਹ ਸਮਾਂ ਹੀ ਨਹੀਂ ਰਹੇਗਾ ਅਗਰ ਕਿਉਂਕਿ ਤੁਸੀਂ ਡਬਲ ਡਬਲ ਬਾਹਰ ਸਿਰਫ ਉਸ ਨੂੰ ਘਰ ਨੂੰ ਯੂ ਨੋ ਸਸਟੇਨ ਕਰਨ ਵਾਸਤੇ ਅਗਰ ਕੰਮ ਕਰੋਗੇ, ਵਿਚ ਇਜ਼ ਅ ਵੈਰੀ ਬਿਗ ਪੁਆਇੰਟ। ਐਂਡ ਥੈਂਕ ਯੂ ਸੋ ਮੱਚ, ਵੈਰੀ ਵੈਲ ਸੈਡ ਕਿ ਅਸੀਂ ਬੜੇ ਸਾਰੇ ਖਰਚੇ ਐਕਚੁਲੀ US ਦੇ ਵਿੱਚ ਮੇਰੇ ਖਿਆਲ ਟ੍ਰੈਂਡ ਵੀ ਹੈਗਾ, ਵਾਪਸੀ ਆ ਰਹੀ ਹੈ ਹੁਣ, ਥੋੜ੍ਹਾ ਨਵੀਂ ਜਨਰੇਸ਼ਨ ਇਸ ਚੀਜ਼ ਨੂੰ ਸਮਝ ਰਹੀ ਹੈ, ਪਰ ਸ਼ਾਇਦ ਕਾਫੀ ਹੱਦ ਤੱਕ ਇਹ ਹੀ ਰਿਹਾ ਕਿ ਹਾਂਜੀ ਕਾਰਾਂ ਵਧੀਆ ਲੈ ਲਓ, ਘਰ ਵੱਡੇ ਲੈ ਲਓ, ਪਰ ਫਿਰ ਉਹਨਾਂ ਨੂੰ ਪੂਰਾ ਕਰਦੇ ਕਰਦੇ ਤੁਸੀਂ ਇੰਨਾ ਕੰਮ ਕਰਦੇ ਹੋ ਕਿ ਤੁਹਾਡੇ ਕੋਲ ਬੱਚਿਆਂ ਵਾਸਤੇ, ਆਪਣੇ ਵਾਸਤੇ ਯੂ ਨੋ ਇੱਕ ਲੈਜਰ ਟਾਈਮ, ਜਿਹੜਾ ਖਾਲੀ ਟਾਈਮ ਹੈ ਉਹ ਨਹੀਂ ਬਚਦਾ। ਸੋ ਗ੍ਰੇਟ ਪੁਆਇੰਟ, ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਗਿਆਨ ਸਿੰਘ ਜੀ, ਦੱਸੋ ਕੀ ਕਹਿੰਦੇ ਹੋ। ਮੈਂ ਥੋੜਾ ਜਿਹਾ ਬੈਕ ਤੇ ਪਹਿਲਾਂ ਪੁੱਛਣਾ ਤੁਹਾਨੂੰ, ਜਿਹੜੇ ਲੜਕੀ ਵਾਲੇ ਉਹ ਕਿੰਨੇ ਬੱਚੇ, ਉਹਦੇ ਭੈਣ ਭਰਾ ਕਿੰਨੇ? ਉਹਦੇ ਤਿੰਨ ਭੈਣ ਭਰਾ ਨੇ। ਤੇ ਉਹ ਵਿੱਚੇ ਰਹਿੰਦੇ ਇੱਕ ਫੈਮਿਲੀ, ਮੁੰਡੇ ਕੁੜੀਆਂ ਵੱਖਰੇ ਵੱਖਰੇ ਰਹਿੰਦੇ ਹੋ? ਨਹੀਂ ਪਤਾ ਜੀ, ਮੈਨੂੰ ਨਹੀਂ ਪਤਾ। ਹਾਂ ਦੇਖੋ ਨਾ, ਜੇ ਉਹ ਇਸ ਤਰ੍ਹਾਂ ਹੁੰਦਾ ਹੈ ਵੀ ਘਰ ਜਵਾਈ ਤੇ ਕਈ ਦੇਖੇ ਜਿਹਨਾਂ ਦਾ ਹੋਰ ਬੱਚਾ ਨਾ ਹੋਵੇ, ਵੀ ਚਲੋ ਘਰ ਜਵਾਈ ਨਹੀਂ ਹੈਗਾ ਨਾ ਹੁਣ ਤਾਂ 8 ਮਹੀਨੇ ਸ਼ੁਰੂਆਤ ਚ ਵਿਆਹ ਤੋਂ ਬਾਅਦ ਰਿਹਾ, ਉਸ ਤੋਂ ਬਾਅਦ ਹੁਣ ਤੇ ਆਲਮੋਸਟ ਉਹ ਸਾਰੀ ਸੁਣ ਲਈ ਮੈਂ, ਹੋਰ ਪਾਸੇ ਨੂੰ ਦੱਸਣਾ ਤੁਹਾਨੂੰ। ਹਾਂਜੀ ਦੱਸੋ। ਇਹਨਾਂ ਨੇ ਰਿਸ਼ਤਾ ਇੰਡੀਆ ਕੀਤਾ ਆਪਣੀ ਲੜਕੀ ਦਾ, ਕੀ ਸੋਚ ਕੇ ਕੀਤਾ ਸੀਗਾ? ਹੁਣ ਦੇਖੋ ਨਾ, ਕੋਈ ਮੁੰਡਾ ਇੰਡੀਆ ਚੋਂ ਆਵੇ, ਜਾਂ ਤਾਂ ਉਹਦੀ ਬੈਕ ਬਹੁਤ ਤਗੜੀ ਹੋਵੇ ਮੁੰਡੇ ਦੀ, ਸਪੋਰਟ ਕਰਨ ਜੋਗੀ, ਫੇਰ ਹੀ ਲਊ। ਹੁਣ ਇੱਕਦਮ ਘਰ ਤੇ ਕਿੱਦਾਂ ਲੈ ਸਕਦਾ? ਇਹ ਤਾਂ ਉੱਥੇ ਤਾਂ ਬੈਠੇ ਐਵੇਂ ਹਿਸਾਬ ਲਾ ਲੈਂਦੇ ਆ, ਇਹ ਰੁੱਖਾਂ ਨੂੰ ਥੋੜੋ ਪੈਸੇ ਲੱਗੇ ਆ, ਪੰਜ ਪੰਜ ਸੱਤ ਸੱਤ ਸਾਲ ਨਹੀਂ ਘਰ ਲਏ ਹੁੰਦੇ? ਹੈਂ, ਕਿੰਨੀ ਕੁ ਮੁੰਡਾ ਕਿਤੇ ਕਮਾਈ ਕਰਦਾ ਹੋਵੇ, ਲੜਕੀ ਤੇ ਬੱਚੇ ਹੋ ਗਏ ਤੇ ਲੜਕੀ ਤੇ ਕੰਮ ਕਰਨ ਨੂੰ ਗਈ, ਹੈਨਾ, ਉਹ ਸੰਭਾਲੇ ਬੱਚੇ ਸੰਭਾਲੇ ਕੰਮ ਕਰੇ। ਉਹ ਤਾਂ ਆਫਰ ਕਰ ਰਹੇ ਨਾ ਕਿ ਅਸੀਂ ਪੈਸੇ ਦਿੰਦੇ ਹਾਂ ਤੁਸੀਂ ਘਰ ਲੈ ਲਓ, ਤੁਹਾਨੂੰ ਧੀਰੇ ਧੀਰੇ ਮੋੜ ਦੇਣਾ। ਨਹੀਂ, ਮੈਂ ਸਮਝ ਗਿਆ ਉਹ ਗੱਲ ਇਹ ਆ ਵੀ ਮੈਂ ਤੇਰੇ ਹੱਕ ਚ ਨੇਗਾ ਵੀ ਆਪਣੇ ਸਹੁਰਿਆਂ ਕੋਲੋਂ ਕੋਈ ਆਧਾਰ ਪੈਸੇ ਲਵੇ, ਹੈਨਾ ਜੀ। ਹਾਂ, ਅਗਰ ਉਹ ਇੰਨੇ ਹੀ ਅਮੀਰ ਹੈਗੇ, ਇੰਨੇ ਹੀ ਤਕੜੇ ਹੈਗੇ ਆ ਤੇ ਆਪਣੀ ਲੜਕੀ ਨੂੰ ਗਿਫਟ ਕਰ ਦੇਣ ਜੋ ਕਰਨਾ ਚਾਹੁੰਦੇ ਆ, ਉਹ ਗੱਲ ਕਿਸੇ ਤੇ ਮੰਨੀ ਜਾ ਸਕਦੀ ਆ ਜੀ। ਇਹ ਕੀ ਦੇ ਕੇ ਵਾਪਸ ਲੈ ਲਾਂਗੇ? ਹੈਂ, ਇਹ ਤੇ ਇਹ ਗੱਲ ਥੋੜੋ ਕੋ ਬਣਦੀ ਆ। ਇਹ ਕੋਈ ਜਿਹੜਾ ਮਰਿਆ ਤੋਂ ਰਹਿ ਬੰਦਾ ਉਹ ਵੀ ਨੀ ਮੰਨੂਗਾ ਇਸ ਗੱਲ ਨੂੰ। ਠੀਕ, ਇੰਨਾ ਥੋੜੋ ਗਿਰਿਆ ਹੁੰਦਾ ਕੋਈ ਪੈਸੇ ਉਧਾਰ ਲੈਣੇ ਸਹੁਰਿਆਂ ਤੋਂ, ਇਹ ਨੀ ਗੱਲ, ਇੰਨਾ ਮੈਂ ਸਹਿਮਤ ਨਹੀਂ ਗਾ। ਅਗਰ ਉਹ ਇੰਨੇ ਹੀ ਤਕੜੇ ਆ ਤੇ ਉਹ ਆਪਣੀ ਲੜਕੀ ਨੂੰ ਗਿਫਟ ਕਰ ਦੇਣ ਜਿੰਨਾ ਦੇਣਾ ਚਾਹੁੰਦੇ ਆ, ਹੈ, ਤੇ ਉਹ ਗੱਲ ਤਾਂ ਕੋਈ ਨਹੀਂ ਮਾੜੀ ਹੈਗੀ, ਕਰਦੇ ਆ ਲੋਕੀ, ਕਰ ਹੀ ਲੈਂਦੇ, ਹੈਨਾ ਜੀ ਜੀ। ਤੇ ਬਾਕੀ ਦੂਜੀ ਗੱਲ ਇਹ ਵੀ ਮੁੰਡਾ ਕਿਰਾਏ ਇੱਥੇ ਕਿਹੜੇ ਸਾਰੇ ਮਕਾਨਾਂ ਵਾਲੇ ਹੀ ਆ, ਲੱਖਾਂ ਅਪਾਰਟਮੈਂਟ ਆ ਉਹ ਕਿਰਾਏ ਵਾਸਤੇ ਬਣੀਆਂ ਆ,
ਪਿਛਾ 2 ਸਾਲ 3 ਸਾਲ 4 ਸਾਲ 5 ਸਾਲ ਰਹੇ ਤਦ ਵੀ ਗਿਆ। ਹੁਣ ਤੈਨੂੰ ਆਪਣੀ ਮੈਂ ਗੱਲ ਦੱਸਦਾ, ਮੇਰਾ ਲੜਕਾ ਆਇਆ ਸੀ, ਉਹਦੇ ਸਹੁਰੇ ਰਹਿੰਦੇ ਸੀ ਇੱਥੇ, ਹੈਂ, ਨੂੰਹ ਵੀ ਨਾਲ ਆਈ ਸੀ ਮੇਰੀ, ਹੈਨਾ, ਤੇ ਉਹ ਆਉਂਦੇ ਨੇ ਮੁੰਡੇ ਨੇ ਮਹੀਨਾ ਕੀ 2 ਹਫ਼ਤੇ ਨੀ ਕੱਢੇ ਘਰ ਆਉਣ ਵਾਲੇ, ਕਹਿੰਦਾ ਮੈਨੂੰ ਕਿਰਾਏ ਤੇ ਲੈ ਦਿਓ ਘਰ ਤੇ ਮੈਨੂੰ ਕੰਮ ਦਿਓ ਲੱਭ, ਮੈਂ ਕੰਮ ਕਰਨਾ ਤੇ ਵਿੱਚ ਨੀ ਰਹਿਣਾ, ਹੈਨਾ। ਤੇ ਉਹਨੇ 5-6 ਸਾਲ ਬਾਅਦ ਘਰ ਲਿਆ ਜਾ ਕੇ, ਹੈਂ, 5-6 ਸਾਲ ਬਾਅਦ ਘਰ ਲਿਆ ਤੇ ਕਿਰਾਏ ਤੇ ਰਹੇ ਪਹਿਲੋਂ, ਠੀਕ ਹੈ, ਇੰਨੀ ਕਾਹਲੀ ਕਿਹੜੀ ਪੈ ਗਈ ਕਿ ਹੁਣ 2-2.5 ਸਾਲ ਚ ਮੁੰਡੇ ਨੂੰ ਕਹਿੰਦੇ ਘਰ ਲੈ ਲਓ ਘਰ ਲੈ ਲਓ। ਬਹੁਤ ਵਧੀਆ ਜੀ, ਸਾਨੂੰ ਤੁਹਾਡਾ ਆਈਡੀਆ ਸਮਝ ਆ ਗਿਆ। ਉਹਰਮ ਨਹੀਂ ਉਹ ਇਹ ਗੱਲ ਹੈ, ਇਹ ਗੱਲ ਬਣਦੀ ਨੀਗੀ, ਸਹੁਰਿਆਂ ਤੋਂ ਲੈ ਕੇ ਤੇ ਥੱਲੇ ਲੱਗ ਜਾਊ ਮੁੰਡਾ ਬਿਲਕੁਲ ਹੀ, ਹੈ ਹੈ, ਉਹ ਗਿਫਟ ਕਰ ਦੇਣਾ ਆਪਣੀ ਧੀ ਨੂੰ, ਉਹ ਕਿਸੇ ਹੱਥੇ ਹੁੰਦਾ ਆ। ਬਹੁਤ ਵਧੀਆ, ਮੁੜ ਕੇ ਇਹਦਾ ਕੀ ਮਤਲਬ ਹੋਇਆ ਜੇ ਇੰਨੇ ਤਕੜੇ ਆ ਤਾਂ। ਠੀਕ ਹੈ ਗਿਆਨ ਸਿੰਘ ਜੀ, ਹੋਰ ਦੇਖਦੇ ਹਾਂ ਸਾਰੇ ਕੀ ਕਹਿ ਰਹੇ ਹਨ। ਵੀ ਗੋਟ ਯੋਰ ਪੁਆਇੰਟ, ਅਸੀਂ ਸਮਝ ਗਏ ਤੁਸੀਂ ਕਿਸ ਕੀ ਕਹਿ ਰਹੇ ਹੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਚੰਗਾ ਹੋ ਗਿਆ ਮੇਰੀ ਕਾਲ ਲੱਗ ਗਈ ਹੈ। ਹਾਂਜੀ ਸੁਰਿੰਦਰ ਜੀ, ਦੱਸੋ। ਹਾਂਜੀ, ਮੈਂ ਇਹ ਕਹਿੰਦੀ ਹਾਂ ਵੀ ਹਜੇ ਉਹਨਾਂ ਨੂੰ ਮਤਲਬ ਜੋ ਵੀ ਸੁਣਿਆ ਹੈ ਥੋੜ੍ਹਾ ਜਿਹਾ, ਮੈਂ ਸਟਾਰਟਿੰਗ ਨਹੀਂ ਸੁਣੀਗੀ, ਕਿ ਪਹਿਲਾਂ ਉਹਨਾਂ ਦੇ ਨਾਲ ਰਹੇ 8 ਮਹੀਨੇ ਤੇ ਹੁਣ ਕਿਰਾਏ ਤੇ ਆ ਉਹ। ਹਾਂਜੀ, ਤੇ ਉਹਨਾਂ ਨੂੰ ਪਤਾ ਕੀ ਆ, ਇੱਥੇ 4-5 ਸਾਲ ਬੰਦੇ ਨੂੰ ਕਿਰਾਏ ਤੇ ਰਹਿਣਾ ਚਾਹੀਦਾ ਹੈ। ਠੀਕ ਹੈ, ਸੋ ਤੁਸੀਂ ਇਸ ਹੱਕ 'ਚ ਨਹੀਂ ਹੋ। ਦਾ ਸਾਰੇ ਏਰੀਏ ਦਾ ਪਤਾ ਲੱਗ ਜਾਂਦਾ, ਕੋਈ ਵੀ ਜੌਬ ਬਦਲ ਜਾਂਦੀ ਆਪਣੀ, ਤੇ ਇਸ ਤਰ੍ਹਾਂ ਕਰਕੇ ਕਾਹਲੀ ਬਿਲਕੁਲ ਨਹੀਂ ਲੈਣੀ ਕਰਨੀ ਚਾਹੀਦੀ। ਇਹੋ ਜਿਹੇ ਮਾਂ ਪਿਓ ਤੋਂ ਬਿਲਕੁਲ ਪੈਸਾ ਨਹੀਂ ਲੈਣਾ ਚਾਹੀਦਾ ਜਿਹੜੇ ਕਹਿੰਦੇ ਆ ਕਿ ਵਾਪਸ ਮੋੜਨਾ ਹੈ। ਓਕੇ, ਕਿਉਂਕਿ ਕਈ ਤਾਂ ਇਹਦੇ ਵਿੱਚ ਠੀਕ ਵੀ ਆ, ਠੀਕ ਆ, ਪਰ ਜੇ ਹਜੇ ਉਹ ਪ੍ਰੈਸ਼ਰ ਉਹਨਾਂ ਨੂੰ ਘਰ ਦਵਾਉਣੇ, ਜਦੋਂ ਉਹਨਾਂ ਨੂੰ ਭੁੱਖ ਲੱਗੂਗੀ ਨਾ ਕਿਸੇ ਨੂੰ, ਤੇ ਫੇਰ ਰੋਟੀ ਬੰਦਾ ਖਾਂਦਾ ਤੇ ਫੇਰ ਉਹਨੂੰ ਸਵਾਦ ਲੱਗਦੀ ਆ। ਆਪਣੇ ਆਪ ਉਹਨਾਂ ਨੂੰ ਚੱਲਣ ਦਿਓ। ਤੇ ਦੂਜੀ ਗੱਲ, ਮੈਂ ਇੱਥੇ ਨਾ ਆਪਣੇ ਘਰੇ ਕਿਰਾਏ ਤੇ ਰਹਿੰਦੇ ਹੁੰਦੇ ਸੀਗੇ, ਮੁੰਡਾ ਡਾਕਟਰ ਸੀ ਇੰਡੀਆ ਤੋਂ ਆਇਆ, ਉਹਨਾਂ ਦੇ ਨਾਲ ਰਿਹਾ ਮਾਂ ਪਿਓ ਦੇ ਨਾਲ। ਉਹਦਾ ਬਾਪ ਬੜੇ ਪ੍ਰੈਸ਼ਰ ਦੇ ਵਿੱਚ ਰੱਖਦਾ ਸੀਗਾ, ਉਹ ਕਹਿੰਦਾ ਪਹਿਲਾਂ ਤਾਂ ਤੂੰ ਅੱਡ ਰਹੇ, ਤੇ ਫੇਰ ਕਹਿੰਦਾ ਸੀ ਵੀ ਠੀਕ ਆ ਮੈਂ ਮਤਲਬ ਕੁੜੀਆਂ ਨੂੰ ਕਈ ਵਾਰੀ ਪਿਓ ਕੁੜੀਆਂ ਪਿਓਆਂ ਦੇ ਮਗਰ ਜ਼ਿਆਦਾ ਲੱਗਣ ਲੱਗ ਜਾਂਦੀਆਂ ਹੈਗੀਆਂ। ਮੈਂ ਸਿੱਧੀ ਗੱਲ ਕਹਿੰਦੀ ਆ, ਘਰ ਵਾਲੇ ਨੂੰ ਉਵੇਂ ਹੀ ਕਹਿ ਦੇਣਗੀਆਂ, ਪਰ ਬੰਦੇ ਜਿਹੜੇ ਹੁੰਦੇ ਆ ਨਾ ਉਹ ਕਹਿੰਦੇ ਆ ਅਸੀਂ ਆਪਣੇ ਮਤਲਬ ਬਲਬੂਤੇ ਤੇ ਕਰੀਏ ਜਿਹੜਾ ਕੁਛ ਕਰੀਏ। ਸੋ ਜ਼ਿਆਦਾ ਬੈਟਰ ਉਹ ਹੈ, ਤੁਹਾਨੂੰ ਲੱਗਦਾ ਹੈ ਕਿ ਆਪਣੇ ਬਲਬੂਤੇ ਜਦੋਂ ਖੋਸ ਆਪਣੇ ਬਲਬੂਤੇ ਤੇ ਲਓ, ਠੀਕ ਆ, ਕੋਈ ਨਹੀਂ ਕਿ ਪਹਿਲਾਂ ਨਿੱਕੀਆਂ ਨਿੱਕੀਆਂ ਆਪਾਂ ਕੋਈ ਇੱਥੇ ਅਮੈਰੀਕਾ ਆਉਣੇ ਆ, ਵਿਆਹ ਹੁੰਦਾ ਹੈ, ਸਾਡੀਆਂ ਹੋਰ ਬਹੁਤ ਖੁਸ਼ੀਆਂ ਹੁੰਦੀਆਂ ਹੈ, ਬਹੁਤ ਖਾਸ਼ਾਂ ਹੁੰਦੀਆਂ ਹੈ, ਕਿ ਮਤਲਬ ਘਰ ਲੈਣਾ ਹੀ ਤਾਂ ਨਹੀਂ ਕੋਈ ਵੱਡੀ ਗੱਲ। ਬਿਲਕੁਲ, ਤੇ ਅਸੀਂ 7 ਸਾਲ ਬਾਅਦ ਘਰ ਲਿਆ ਸੀ, ਮੈਂ ਹਜੇ ਵੀ ਕਹਿੰਦੀ ਸੀ ਕਿ ਸਾਨੂੰ ਘਰ ਦੀ ਨਹੀਂ ਲੋੜ, ਇਹਨਾਂ ਦੇ ਬ੍ਰਦਰ ਨੇ ਮਤਲਬ ਕੁਦਰਤੀ ਲੈਣਾ ਪੈ ਗਿਆ ਕਿਉਂਕਿ ਸਾਡੇ ਕੋਲੇ ਗ੍ਰੀਨ ਕਾਰਡ ਨਹੀਂ ਸੀ। ਮੈਂ ਆਖਿਆ ਘਰ ਤਾਂ ਜਦੋਂ ਮਰਜ਼ੀ ਲੈ ਲੇ, ਪਹਿਲਾਂ ਜਿਹੜੀ ਚੀਜ਼ ਚਾਹੀਦੀ ਹੈ ਸਾਡੇ ਕੋਲੇ ਉਹ ਹੋਣੀ ਚਾਹੀਦੀ ਹੈ। ਬਹੁਤ ਵਧੀਆ, ਥੈਂਕ ਯੂ ਸੋ ਮਚ ਸੁਰਿੰਦਰ ਜੀ। ਹਾਂਜੀ, ਤੇ ਬਿਲਕੁਲ ਨਹੀਂ ਕਿਸੇ ਦੇ ਮਗਰ ਲੱਗ ਕੇ ਨਹੀਂ, ਕੁੜੀ ਨੂੰ ਵੀ ਸਮਝਾਵੇ ਕਿ ਆਪਾਂ ਆਪਣੇ ਉਹਦੇ ਤੇ ਲਈਏ ਆਪਣੀ, ਜਦੋਂ ਸਾਨੂੰ ਅੰਦਰੋਂ ਕੋਈ ਸਾਡੇ ਸਰਕਮਸਟਾਂਸਿਸ ਉਵੇਂ ਹੋ ਜਾਣਗੇ, ਹੁਣ ਅਸੀਂ ਜਿੱਥੇ ਮਰਜ਼ੀ ਅਪਾਰਟਮੈਂਟ ਹੁੰਦਾ ਬਦਲ ਲੈਂਦੇ ਹਾਂ, ਘਰ ਦੇ ਖਰਚੇ ਬਹੁਤ ਹੁੰਦੇ ਆ, ਜਦੋਂ ਲਏ ਤੋਂ ਪਤਾ ਲੱਗਦਾ ਲੋਕੀ ਡਿਪਰੈਸ਼ਨ ਵਿੱਚ ਚਲੇ ਜਾਂਦੇ ਆ। ਸਹੀ ਕਹਿੰਦੇ ਹੋ, ਥੈਂਕ ਯੂ ਸੋ ਮਚ ਸੁਰਿੰਦਰ ਜੀ। ਉਹੀ ਕਿ ਬਈ ਆਪਣੇ ਬਲਬੂਤੇ ਤੇ ਦੇ, ਔਰ ਜਿਸ ਤਰ੍ਹਾਂ ਔਰ ਅਗੇਨ ਯਾਦ ਕਰਾ ਰਹੇ ਨੇ ਕਿ ਵਾਈਫ ਨੂੰ ਸਮਝਾਉਣ ਮਤਲਬ ਗੱਲ ਕਰਨ, ਕਿਉਂਕਿ ਦੋਨਾਂ ਦਾ ਸੇਮ ਪੇਜ 'ਤੇ ਹੋਣਾ ਬਹੁਤ ਜ਼ਰੂਰੀ ਹੈ। ਉਹ ਵੀ ਉਸੇ ਤਰ੍ਹਾਂ ਸੋਚ ਰਹੀ ਹੋਏ ਜਿਸ ਤਰ੍ਹਾਂ ਤੁਸੀਂ ਸੋਚ ਰਹੇ ਹੋ, ਉਹਦੇ ਵਿੱਚ ਰਿਲੇਸ਼ਨਸ਼ਿਪ ਵੀ ਸਟਰੋਂਗ ਹੋਏਗਾ ਐਂਡ ਖੁੱਲ੍ਹ ਕੇ ਗੱਲ ਕਰੋ। ਸੋ ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ। ਅਗੇਨ ਯਾਦ ਕਰਾਂ, ਕੱਲ੍ਹ ਜ਼ਰੂਰ ਟਿਊਨ ਇਨ ਕਰਿਓ, ਬਿਕੋਜ਼ ਅਸੀਂ ਅਡਲਟਸ ਦੇ ਵਿੱਚ ਲਰਨਿੰਗ ਡਿਸਬਿਲਿਟੀਜ਼ ਜਿਹੜੀਆਂ ਜਲਦੀ ਨਹੀਂ ਡਾਇਗਨੋਜ਼ ਹੋਈਆਂ ਉਹਦੇ ਬਾਰੇ ਗੱਲ ਕਰਾਂਗੇ। ਕਮਿੰਗ ਬੈਕ ਟੂ ਟੂਡੇ, ਅਫਕੋਰਸ ਯੂਨੋ ਮੈਨੂੰ ਨਹੀਂ ਲੱਗਦਾ ਕੋਈ ਹਾਰਡ ਐਂਡ ਫਾਸਟ ਰੂਲ ਹੋ ਸਕਦਾ ਹੈ ਇਸ ਕੇਸ ਵਿੱਚ। ਇਹਨਾਂ ਬਾਰੇ ਜਿਨ ਜੋ ਦੱਸ ਰਹੇ ਹਾਂ ਡੈਫੀਨੇਟਲੀ ਵੀ ਟਰਾਇੰਗ ਟੂ ਆਨਸਰ ਦੈਟ, ਪਰ ਅਗਰ ਕੋਈ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ 'ਚ ਹੋਏ ਤਾਂ ਜ਼ਰੂਰੀ ਨਹੀਂ ਕੋਈ ਹਾਰਡ ਐਂਡ ਫਾਸਟ ਰੂਲ ਹੈ ਕਿ ਕੋਈ ਨਹੀਂ ਲੈਣਾ ਚਾਹੀਦਾ ਜਾਂ ਲੈ ਲੈਣਾ ਚਾਹੀਦਾ, ਕਿਉਂਕਿ ਬਹੁਤ ਮੇਰੇ ਮਨ ਵਿੱਚ ਸੋਚਾਂ ਅਤੇ ਬੜੇ ਇਰਦ ਗਿਰਦ ਬੜੇ ਬੰਦੇ ਹੈ ਜਿਹੜੇ ਕਿ ਕਦੀ ਸਹੁਰਿਆਂ ਤੋਂ, ਕਦੀ ਪੇਰੈਂਟਸ ਤੋਂ, ਕਦੀ ਈਵਨ ਫਰੈਂਡਸ ਤੋਂ, ਬ੍ਰਦਰ ਸਿਸਟਰਸ ਤੋਂ ਪਕੜ ਕੇ ਡਾਊਨ ਪੇਮੈਂਟ ਦੇ ਕੇ, ਅਤੇ ਆਪਣਾ ਬੜਾ ਵਧੀਆ ਰਹਿੰਦਾ, ਰਿਸ਼ਤੇ ਵੀ ਚੰਗੇ ਰਹਿੰਦੇ ਹੈ, ਬਣ ਵੀ ਜਾਂਦਾ ਘਰ। ਇਟ ਐਕਟਸ ਲਾਈਕ ਅ ਜੰਪ ਸਟਾਰਟ ਕਿ ਤੁਸੀਂ ਯੂਨੋ ਇਕੱਠੀ ਅਮਾਊਂਟ ਮਿਲੀ ਔਰ ਉਸ ਤੋਂ ਬਾਅਦ ਤੁਸੀਂ ਚੱਲ ਪਏ। ਇਟ ਹੈਪਨਸ ਆਲ ਦਾ ਟਾਈਮ, ਆਲ ਡਿਪੈਂਡਸ ਤੁਹਾਡਾ ਰਿਸ਼ਤਾ ਕੀ ਹੈ।
ਆਲ ਡਿਪੈਂਡਸ, ਨਾਲੇ ਉਹ ਵੀ ਜ਼ਰੂਰੀ ਹੈ ਕਿ ਤੁਸੀਂ ਕਿੰਨੀ ਕੁ 40,000 ਜਿਹੜਾ ਗੱਲ ਕਰ ਰਹੇ ਹੋ ਉਹ ਵੀ ਇੰਪੋਰਟੈਂਟ ਹੈ ਕਿ ਤੁਸੀਂ ਲੈ ਕੇ ਬੈਠ ਜਾਓ ਔਰ ਤੁਹਾਨੂੰ ਮੇਨਟੇਨ ਕਰਨ ਦੇ ਤੁਹਾਡੇ ਕੋਲ ਪੈਸੇ ਨਹੀਂ ਹੈ। ਯੂ ਨੋ ਕਾਰ ਗਿਫਟ ਕੀ ਲੈਣ ਦਾ ਕੋਈ ਫਾਇਦਾ ਨਹੀਂ ਅਗਰ ਸਾਡੇ ਕੋਲ ਪੈਟਰੋਲ ਦੇ ਪੈਸੇ ਨਹੀਂ ਹੈ। ਆਈ ਮੀਨ ਮੇਨਟੇਨੈਂਸ ਆਫ ਅ ਹਾਊਸ ਬਹੁਤ ਵੱਡੀ ਚੀਜ਼ ਹੈ, ਸੋ ਉਹ ਵੀ ਧਿਆਨ ਰੱਖਣੀ ਚਾਹੀਦੀ ਹੈ। ਲੈਟਸ ਸੀ ਕੁਇਕਲੀ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਸੁਰਜੀਤ ਜੀ ਦੱਸੋ। ਹਾਂਜੀ ਸੁਰਜੀਤ ਜੀ ਦੱਸੋ ਕੀ ਕਹਿੰਦੇ ਹੋ। ਹਾਂਜੀ ਮੇਰੀ ਆਵਾਜ਼ ਸੁਣਦੀ ਆ ਤੁਹਾਨੂੰ? ਸੁਣਦੀ ਹੈ, ਸਮਾਂ ਬੜਾ ਘੱਟ ਹੈ, ਕੁਇਕਲੀ ਦੱਸੋ ਕੀ ਕਹਿੰਦੇ ਹੋ। ਹਾਂਜੀ ਘਰ ਜੀ ਦੇਖੋ, ਘਰ ਲੈਣੇ ਬਹੁਤ ਹੈ ਤੇ ਖਰਚੇ ਬਹੁਤ ਹੈ। ਹਾਂਜੀ ਮੇਰੀ ਬੇਟੀ ਆਈ ਸੀ ਨਾ, ਬਹੁਤ ਬਰੇ ਅਪਾਰਟਮੈਂਟ ਦੇ ਰਹੀ ਸੀ, ਅਪਾਰਟਮੈਂਟ ਦੇ। ਹਾਂਜੀ ਇੱਥੇ ਸਾਨੂੰ ਸਾਰਿਆਂ ਨੂੰ ਰੱਖਿਆ ਸੁਰਜੀਤ ਜੀ, ਤੁਹਾਡੀ ਆਵਾਜ਼ ਵਿੱਚ ਬਿਲਕੁਲ ਜਾ ਰਹੀ ਹੈ, ਲਾਈਕ ਫੇਡ ਹੋ ਜਾ ਰਹੀ ਹੈ, ਸੋ ਕਲੀਅਰ ਸੁਣ ਹੀ ਨਹੀਂ ਰਿਹਾ, ਦੁਬਾਰਾ ਕਰੋ ਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਦੱਸੋ ਕੌਣ ਬੋਲ ਰਹੇ ਹੋ ਜੀ, ਟਾਈਮ ਬੜਾ ਘੱਟ ਰਹਿ ਗਿਆ, ਸੋ ਆਈ ਐਮ ਸੋਰੀ ਬਿਕੋਜ਼ ਸੋ ਮੈਨੀ ਕਾਲਸ ਆ ਦੇ। ਦੱਸੋ ਪਰ ਮੇਰਾ ਦਿਲ ਕਰਦਾ ਹੈ ਨਾ, ਔਰਟ ਦੀ ਗੱਲ ਕਰਦੀ ਆ। ਦੱਸੋ ਕੀ ਕਹਿੰਦੇ। ਮੇਰਾ ਦਿਲ ਕਰਦਾ ਕਿ ਕੁੜੀ ਵਾਲਿਆਂ ਨੂੰ ਗਿਫਟ ਕਰ ਦੇਣਾ ਚਾਹੀਦਾ ਘਰ ਉਹਨਾਂ ਨੂੰ, ਪਰ ਉਹੀ ਹੈ ਨਾ ਕਿ ਗਿਫਟ ਤਾਂ ਸਾਡੇ ਵਾਸ ਨਹੀਂ ਹੈ ਨਾ, ਉਹ ਤਾਂ ਕਿਹਾ ਉਹਨਾਂ ਨੇ ਕਿਹਾ ਕਿ ਮੈਨੂੰ ਮੋੜ ਦੀ ਐਲ ਐ। ਉਹ ਜਵਾਈ ਨੂੰ ਉਹਨਾਂ ਤੋਂ, ਵੈਸੇ ਗਿਆਨ ਸਿੰਘ ਭਾਜੀ ਦੀ ਗੱਲ ਮੈਨੂੰ ਬਹੁਤ ਚੰਗੀ ਲੱਗੀ ਕਿ ਜਵਾਈ ਨੂੰ ਨਹੀਂ ਪੈਸੇ ਉਹਨਾਂ ਤੋਂ ਲੈਣੇ ਚਾਹੀਦੇ, ਇਹਦੇ ਨਾਲ ਤਾਂ ਕਿਸੇ ਹੋਰ ਤੋਂ ਲੈ ਲਏ। ਓਕੇ, ਲੇਕਿਨ ਜਿਹੜੇ ਕੁੜੀ ਵਾਲੇ ਆ ਨਾ ਤਾਂ ਉਹਨਾਂ ਨੂੰ ਗਿਫਟ, ਕਿਉਂਕਿ ਸਾਡੇ ਰਿਸ਼ਤੇਦਾਰ ਹੈ, ਉਹਨਾਂ ਨੇ ਦੋਨੋਂ ਡਾਕਟਰਾਂ ਦੀਆਂ ਵੀ ਸੀ, ਜਿਹੜੇ ਖਾਸਮ ਖਾਸ ਰਿਸ਼ਤੇਦਾਰ ਹੈ, ਉਹ ਗਾਹ ਕੁੜੀ ਵੀ ਡਾਕਟਰ ਹੈ, ਮੁੰਡਾ ਵੀ ਇੰਜੀਨੀਅਰ ਹੈ ਜਿਹੜਾ ਟੋਲਿਆ ਹੈਗਾ ਹੈ। ਹਾਂਜੀ, ਤੇ ਉਹਨਾਂ ਨੇ ਇੱਕ ਬਹੁਤ ਵੱਡਾ ਘਰ ਗਿਫਟ ਕਰਿਆ, ਗਿਫਟ ਕਰਿਆ ਦੋਨਾਂ ਪਾਸਿਆਂ ਨੂੰ ਕੋਈ ਤਰ੍ਹਾਂ, ਉਹ ਤਾਂ ਆਪਣੀ ਆਪਣੀ ਕਪੈਸਿਟੀ ਹੈ ਨਾ। ਹਾਂਜੀ, ਤੁਹਾਡੇ ਹਿੰਮਤ ਹੈ ਤੇ ਜ਼ਰੂਰ ਕਰਨ, ਪਰ ਇਹਨਾਂ ਨੇ ਸਿਰਫ ਇਹ ਕਿਹਾ ਹੈ, ਸੋ ਦੇ ਸਕਦੇ ਤਾਂ ਜ਼ਰੂਰ ਦੋ, ਇਹਦੇ ਵਿੱਚ ਕਿਸੇ ਨੂੰ ਪੁੱਛਣ ਦੀ ਕੀ ਲੋੜ ਹੈ। ਬਹੁਤ ਮਿਹਰਬਾਨੀ ਤੁਹਾਡੀ, ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਚਾਬੀ ਕੁੜੀ ਦੇ ਹੱਥ 'ਚ ਦੇ ਦੇਣੀ ਚਾਹੀਦੀ ਹੈ ਕਿ ਗਿਫਟ ਕਰ ਦੇਣਾ ਚਾਹੀਦਾ, ਗੱਲ ਖਤਮ। ਥੈਂਕ ਯੂ ਸੋ ਮਚ, ਵਾਹਿਗੁਰੂ ਕਰੇ ਸਾਰਿਆਂ ਕੋਲ ਇੰਨਾ ਹੋਏ ਕਿ ਤੁਸੀਂ ਜਿਵੇਂ ਕਹਿ ਰਹੇ ਹੋ ਨਾ, ਉਹ ਇੱਕ ਬਸ ਚਾਬੀ ਹੱਥ 'ਚ ਫੜਾ ਦੇਣ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ, ਆਵਾਜ਼ ਨਹੀਂ ਆ ਰਹੀ। ਹੈਲੋ, ਪਲੀਜ਼ ਦੁਬਾਰਾ ਕਾਲ ਕਰੋ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਪ੍ਰਕਾਸ਼ ਸਿੰਘ ਬੋਲ ਰਿਹਾ, ਮੈਂ ਭਾਈ ਸਾਹਿਬ ਨੂੰ ਥੋੜ੍ਹੇ ਜਿਹੇ ਦੋ ਚਾਰ ਗੱਲਾਂ ਦੱਸਦਿਆਂ ਨੂੰ ਮੈਂ ਘਰ ਦਾ। ਦੱਸੋ ਵੀ, ਹਾਂਜੀ ਇਹ ਪਹਿਲੀ ਗੱਲ ਤਾਂ ਇਹ ਵੀ ਜਿਹੜੀ ਮਤਲਬ ਕਿ ਘਰ ਲੈਣ ਤੋਂ ਪਹਿਲਾਂ ਤੁਸੀਂ ਆਪਣੀ ਇਨਕਮ ਦੇਖੀ ਜਾਂਦੀ ਹੈ ਵੀ ਤੁਹਾਡੇ ਮਹੀਨੇ ਮੰਥਲੀ ਕਿੰਨੇ ਕਮਾ ਰਹੇ ਹੋ। ਸਹੀ ਹੈ, ਹਾਂਜੀ। ਤੇ ਉਹਦੇ ਬਾਅਦ ਤੁਹਾਡਾ ਖਰਚਾ ਕਿੰਨਾ ਮਹੀਨੇ ਦਾ, ਠੀਕ ਹੈ, ਖਰਚਾ ਕੱਢ ਕੇ ਤੁਹਾਨੂੰ ਕਿੰਨਾ ਪੈਸਾ ਬਚ ਰਿਹਾ ਤੁਸੀਂ ਮੋਰਗੇਜ ਪੇ ਕਰ ਸਕਦੇ ਹੋ, ਕਰ ਸਕਦੇ। ਬਿਲਕੁਲ, ਹਾਂਜੀ। ਤੇ ਇਹ ਦੇਖਣਾ ਪੈਂਦਾ, ਹੁਣ ਤਿੰਨ ਤਰ੍ਹਾਂ ਦੇ ਘਰ ਨੇ ਨਿਊਯਾਰਕ 'ਚ, ਇੱਕ ਕੋਪ ਹੈ, ਇੱਕ ਕੰਡੋਮੀਨੀਅਮ, ਇੱਕ ਪ੍ਰਾਈਵੇਟ ਹਾਊਸ ਹੈ। ਹਾਂਜੀ। ਅੱਛਾ, ਹੁਣ ਜਿਹੜੀ $40,000 ਦੀ ਇਨਕਮ ਹੈ ਇਹ ਕੋਪ ਲਈ ਮਕਿ ਐਲੀਜੀਬਲ ਹੈ, ਉਹ ਲੈ ਸਕਦਾ ਵਨ ਬੈਡਰੂਮ, ਤੇ ਉਹਦੀ ਇਹਨੂੰ ਉਹ ਵੀ ਕੁਈਨ ਦੇ ਜਵਾਕਾ ਏਰੀਏ 'ਚ, ਤੇ ਇੱਧਰ ਜਮਕ ਜੇ ਜੈਕਸਨ ਐਡਰ ਦੇ ਵੈਸੇ ਕੋਸਟਲੀ ਹੈ। ਨਿਊਯਾਰਕ ਨਹੀਂ ਪਤਾ ਕਿ ਨਿਊਯਾਰਕ ਨਹੀਂ ਹੈ ਕਿ ਉਹ, ਸੋ ਅੱਛਾ ਨਿਊਯਾਰਕ ਨਹੀਂ, ਪਾਸ ਅੱਛਾ, ਮੈਂ ਕਿ ਨਿਊ ਸੋਚਾ ਕਿ ਨਿਊਯਾਰਕ। ਅੱਛਾ, ਪਰ ਉਹ 40,000 ਦਾ ਹੀ ਹੈ, ਉਹ ਕੋਪ ਲੈ ਸਕਦੇ ਨੇ, ਉਹਦੇ 'ਚ ਹੈਗਾ ਵੀ ਉਹਨੂੰ ਉਹਦੀ ਜਿਹੜੀ ਮੋਰਗੇਜ ਪਲੱਸ ਮੇਨਟੇਨੈਂਸ ਉਹ $1,200 ਦੇ ਅਰਾਊਂਡ ਪਏਗਾ। ਥੈਂਕ ਯੂ ਸੋ ਮਚ ਜੀ, ਮੇਰੇ ਕੋਲ ਸਮਾਂ ਨਹੀਂ ਹੈ ਕਿ ਇਹ ਵਾਲੀਆਂ ਡਿਟੇਲਸ ਅਸੀਂ ਉਹਨਾਂ ਨੂੰ ਇਸ ਵੇਲੇ ਦੱਸ ਸਕੀਏ ਸ਼ੋਅ 'ਤੇ। ਹੋਰ ਜਿਹੜੀਆਂ ਕਾਲਸ ਆ ਰਹੀਆਂ, ਪਲੀਜ਼ ਜ਼ਰੂਰ ਸਾਨੂੰ ਈਮੇਲ ਲਿਖੋ arvind@justbroadcasting.com, ਅਸੀਂ ਉਹਨਾਂ 'ਤੇ ਮੈਸੇਜ ਪਹੁੰਚਾ ਦਾਂਗੇ। ਬਾਕੀ ਜਿਹੜੀਆਂ ਡਿਟੇਲਸ ਲਾਸਟ ਵੀਕ ਜੀ ਦੱਸ ਰਹੇ ਨੇ, ਉਹ ਡਿਟੇਲਸ ਦਾ ਬਾਰੇ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਮੁੰਡਾ ਆਪਣਾ ਹੋਮਵਰਕ ਪੂਰਾ ਕਰੇ, ਕਿਹੜੀ ਪੋਸੀਬਲ ਤੁਹਾਡੇ ਏਰੀਏ ਦੇ ਵਿੱਚ ਕੀ ਹੈਗਾ, ਯੂ ਨੋ ਤੁਹਾਡੀ ਸਟੇਟ ਵਿੱਚ, ਤੁਹਾਡੀ ਸਿਟੀ ਦੇ ਵਿੱਚ ਕੀ ਹੈਗਾ, ਕੋਂਡੋਮੀਨੀਅਮਸ ਹੈ, ਕੋਆਪਸ ਨੇ, ਘਰ ਹੈ, ਕਿੰਨੇ ਕੁ ਮਹਿੰਗੇ ਹੈ, ਕੀ ਹੈ, ਉਹ ਤੁਸੀਂ ਆਪਣਾ ਪੂਰਾ ਹੋਮਵਰਕ ਕਰੋ। ਜਦੋਂ ਤੁਸੀਂ ਖੁਦ ਕੋਸ਼ਿਸ਼ ਕਰੋ ਕਿ ਲੈ ਸਕਦੇ ਹੋ, ਸਭ ਦਾ ਜ਼ਿਆਦਾ ਇਹੀ ਹੈ ਕਿ ਬੈਟਰ, ਪ੍ਰਾਈਡ ਵੀ ਫੀਲ ਹੁੰਦਾ ਐਂਡ ਆਪਣੇ ਉੱਤੇ ਜ਼ਿਆਦਾ ਫਾਈਨੈਂਸ਼ੀਅਲ ਭਾਰ ਨਾ ਪਾਓ। ਬਾਕੀ ਯੂ ਨੋ ਹੈਲਪ ਆਪਣੀ ਕਮਿਊਨਿਟੀ, ਆਪਣੇ ਫੈਮਿਲੀ 'ਚੋਂ ਹੀ ਲਈਦਾ, ਉਹਦੇ 'ਚ ਵੀ ਕੋਈ ਹਰਜ਼ ਨਹੀਂ ਹੈ। ਐਵਰੀਥਿੰਗ ਡਿਪੈਂਡਸ ਔਨ ਹਾਊ ਯੂ ਥਿੰਕ ਅਬਾਊਟ ਇਟ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।